बीजों सूझे को नहीं बह दलीचा पाए नरक निवारण नरह नर साचो सच है ना है। बीजों सूझे को नहीं जिहड़ा बीज होंदा ना जिन्ना चिर ਉਹਨੂੰ ਕੁਛ ਨਹੀਂ ਦੀਦਾ ਹੁੰਦਾ ਸੁੱਝਦਾ ਸੁੱਝਣਾ ਹੁੰਦਾ ਦੀਣਾ ਦਿਸਣਾ ਸੁਣਨਾ ਸਮਝਣਾ ਗੁਰਮਤਿ ਸੋਚੀਏ ਗੁਰਮਤਿ ਨੂੰ ਸੋਚੀਏ ਸੋਚੀ ਹੀ ਮਿਲਦੀ ਹੈ ਸਾਨੂੰ ਗਿਆਨ ਸੋਚੀ ਕੋਈ ਗੱਲ ਬੀਜ ਇੱਥੇ ਪਿਆ ਹੋਵੇ ਉਹਨੂੰ ਨਾ ਦਿਸਦਾ ਨਾ ਉਹਨੂੰ ਸੁਣਦਾ ਜਦ ਜੰਮ ਕੇ ਪੌਦਾ ਬਣ ਜਾਂਦਾ ਪੇੜ ਬਣ ਜਾਂਦਾ ਫਿਰ ਉਹਨੂੰ ਦੀਦਾ ਵੀ ਹੈ ਸੁਣਦਾ ਵੀ ਆਂਡੇ ਨੂੰ ਨਾ ਸੁਣਦਾ ਨਾ ਦੀਦਾ ਜਦੋਂ ਉਹਦੇ 'ਚ ਬੱਚਾ ਪੈਦਾ ਹੁੰਦਾ ਉਹਨੂੰ ਸੁਣਦਾ ਵੀ ਹੈ ਦੀਦਾ ਵੀ ਆਪਣੇ ਆਪ ਨੂੰ ਬਚਾ ਵੀ ਲੈਂਦਾ ਆਂਡੇ ਦੇ ਉੱਤੇ ਦੀ ਕੋਈ ਪੈਰ ਧਰ ਕੇ ਲੰਘ ਜਾਏ ਕੋਈ ਪਤਾ ਨਹੀਂ ਉਹਨੂੰ ਬੱਚਾ ਬੈਠਾ ਹੋਵੇ ਪੈਰ ਧਰਨ ਲੱਗੀਏ ਪਰੇ ਹੋ ਜਾਂਦਾ ਇਸ ਕਰਕੇ ਜਿੰਨਾ ਚਿਰ ਬੀਜ ਰੂਪ ਹੈ ਜੀਵ ਉਹਨਾਂ ਚਿਰ ਇਹਨੂੰ ਗਿਆਨ ਨਹੀਂ ਸੰਸਾਰੀ ਗਿਆਨ ਤਾਂ ਉਹਨਾਂ ਚਿਰ ਇਹਨੂੰ ਹੈ ਆਤਮ ਗਿਆਨ ਨਹੀਂ ਹੈ ਜਿਹਨਾਂ ਲੋਕਾਂ ਨੇ ਸਾਰੀਆਂ ਮੱਤਾਂ ਲਿਖੀਆਂ ਨੇ ਉਹ ਬੀਜ ਰੂਪ ਸੀਗੇ ਜੀ ਆਤਮ ਗਿਆਨ ਨਹੀਂ ਸੀ ਮਨਕੀਆਂ ਮੱਤਾਂ ਦਾ ਮਤਲਬ ਇਹੀ ਹੈ ਬੀਜ ਦੀ ਮੱਤ ਹੁੰਦੀ ਹੈ ਮਨ ਮੱਤ ਬਿਰਸ਼ ਦੀ ਮੱਤ ਨਹੀਂ ਹੈ ਸੰਸਾਰ ਬਾਰੇ ਬਿਰਸ਼ ਦੱਸੂਗਾ ਬੀਜ ਕੀ ਦੱਸੂਗਾ ਸੰਸਾਰ ਬੀਜ ਨੂੰ ਤਾਂ ਸੰਸਾਰ ਦਿੰਦਾ ਹੀ ਨਹੀਂ ਬਿਰਸ਼ ਖੜਾ ਬਾਹਰ ਬਿਰਸ਼ ਨੂੰ ਗਰਮੀ ਸਰਦੀ ਪਾਉਂਦੀ ਹੈ ਬਿਰਸ਼ ਨੂੰ ਭੁੱਖ ਪਿਆਸ ਲੱਗਦੀ ਹੈ ਬੀਜ ਨੂੰ ਤਾਂ ਭੁੱਖ ਪਿਆਸ ਨਹੀਂ ਹੁੰਦੀ ਸੱਚੇ ਨਾਮ ਕੀ ਭੁੱਖ ਲੈ ਜਾ ਲੱਗਣੀ ਹੈ ਜਦ ਇਹਨੇ ਬਿਰਸ਼ ਵੜਨਾ ਬਿਨਾਂ ਸੱਚੇ ਨਾਮ ਕੀ ਭੁੱਖ ਦੇ ਬਿਰਸ਼ ਵੜਨਾ ਹੀ ਨਹੀਂ ਬੀਜ ਜਦ ਪਾਣੀ ਮਿਲਦਾ ਹੈ ਬੀਜ ਨੂੰ ਪਾਣੀ ਮਿਲਦਾ ਤਾਂ ਫੁੱਲਦਾ ਫੁੱਲ ਕੇ ਫਟਦਾ ਫਟ ਕੇ ਬਿਰਸ਼ ਵੜਦਾ ਪੌਦਾ ਵੜਦਾ ਤਰਵਰ ਰੂਪੀ ਰਾਮ ਹੈ ਫਲ ਰੂਪੀ ਵੈਰਾਗ ਸਾਇਆ ਰੂਪੀ ਸਾਧ ਹੈ ਕਿ ਤਰਿਆ ਵਾਦ ਵਿਵਾਦ ਵਾਦ ਵਿਵਾਦ ਨਹੀਂ ਹੈ ਫਿਰ ਵਾਦ ਵਿਵਾਦ ਕਦੋਂ ਤੱਕ ਹੈ ਜਦੋਂ ਆਪਾਂ ਆਪਣੀ ਬੁੱਧ ਹੈ ਜੈਤੀ ਬਣੋ ਤਾਂ ਭਿੰਨ ਭਿੰਨ ਤੋਂ ਤੇਤੀ ਆਪਣੇ ਆਪਣੀ ਬੁੱਧ ਅਨੁਸਾਰ ਜਿਹੜੀਆਂ ਮੱਤਾਂ ਨੇ ਪੰਡਤ ਦੀ ਮੱਤ ਆਪਣੀ ਹੈ ਮੁੱਲਾਂ ਦੀ ਮੱਤ ਆਪਣੀ ਹੈ ਦੋਹਾਂ ਦਾ ਵਾਦ ਵਿਵਾਦ ਹੈ ਦੋਵੇਂ ਮਨ ਮੱਤਾਂ ਨੇ ਕਬੀਰ ਨੇ ਦੋਵੇਂ ਛੱਡਤੇ ਪੰਡਤ ਮੁੱਲਾਂ ਛੱਡੇ ਦੋਵੇਂ ਛੱਡਤੇ ਸੰਸਾਰ ਦੇ ਜਿੰਨੇ ਗ੍ਰੰਥ ਲਿਖੇ ਨੇ ਸਵਾਏ ਗੁਰਬਾਣੀ ਦੇ ਸਭ ਵਿਦਵਾਨਾਂ ਦੇ ਲਿਖੇ ਹੋਏ ਨੇ ਉਹਨਾਂ ਦੇ ਵਿੱਚ ਮਤਭੇਦ ਹੈ ਉਹਨਾਂ ਗ੍ਰੰਥਾਂ ਦੇ ਮਤਭੇਦ ਨੇ ਜਿੰਨੇ ਸ਼ਾਸਤਰ ਨੇ ਉਹਨਾਂ 'ਚ ਮਤਭੇਦ ਨੇ ਗੀਤਾ ਵੀ ਇੱਕ ਨਹੀਂ ਹੈ ਗੀਤਾ ਵਿੱਚ ਵੀ ਮਤਭੇਦ ਨੇ ਰਮਾਇਣ ਵੀ ਇੱਕ ਨਹੀਂ ਉਹ 'ਚ ਵੀ ਮਤਭੇਦ ਨੇ ਸਾਰੇ ਗ੍ਰੰਥਾਂ 'ਚ ਮਤਭੇਦ ਨੇ ਗੁਰਮਤ ਵਿੱਚ ਮਤਭੇਦ ਨਹੀਂ ਸਾਰਿਆਂ ਦੀ ਬਾਣੀ ਹੈ ਇੱਕੋ ਹੀ ਗੱਲ ਇਕੱਠੀ ਹੈ ਇੱਕ ਗ੍ਰੰਥ 'ਚ ਇੰਨੇ ਆਦਮੀਆਂ ਦੀ ਬਾਣੀ ਇੰਨੇ ਆਦਮੀਆਂ ਦੀ ਵਿਚਾਰਧਾਰਾ ਇੰਨੇ ਆਦਮੀਆਂ ਦਾ ਗਿਆਨ ਪਿਆ ਹੋਰ ਕੋਈ ਗ੍ਰੰਥ ਦਿਖਾਓ ਜਿੱਥੇ ਪਿਆ ਇੱਕ ਵੀ ਗ੍ਰੰਥ ਦੁਨੀਆਂ 'ਚ ਨਹੀਂ ਮਿਲੂਗਾ ਜਿੱਥੇ ਇੱਕ ਤੋਂ ਵੱਧ ਆਦਮੀਆਂ ਦੀ ਵਰਤ ਮਿਲਦੀ ਹੋਵੇ ਕਿ ਬੀਜ ਰੂਪ ਸੀ ਉਹ ਸੋਚੀ ਕੋਈ ਨਹੀਂ ਸੀ ਅਜੇ ਬੀਜ ਰੂਪ ਵੀ ਕਿਹਾ ਜਾ ਸੀ ਦੁਨੀਚਾ ਦਾਲ ਇੱਕ ਵਾਰੀ ਹੈ ਬੀਜ ਰੂਪ ਹੁੰਦਾ ਹੀ ਦੋ ਹੈ ਇੱਕ ਤਾਂ ਬਿਰਸ਼ ਬਣ ਕੇ ਹੀ ਹੁੰਦਾ ਬਣਦਾ ਹੈ ਭਾਵੇਂ ਸੰਤੋਖੀ ਵੀ ਹੈ ਪਰ ਬੀਜ ਤਾਂ ਹੈ ਨਾ
है तो बीज, बीज में अंदर छिलका उपर होंगे अंदरों दो होंगे बाहरों एक नहीं अंदर दो होंगे। इस करके बड़े बड़े सतोगुणी संत अंदरों दो ने जापते एक ने दुनिया में एक जापते ने संत जापते ने अंदरों दो ने दुचित्ती उन्होंने अंदर भी चलती है बारह जापते ने दो ने तुहानू जापते ने दो ने बड़े बड़े महापुरुष दुनिया में जापते सी दो ने अंदरों एक बारहों जापते सी एक ने दुनिया में बारहों जापते सी एक ने पर वह भी अंदरों दो सी जे एक होंगे फिर उगे होंगे जिदन एक बन जाते उदन ऐसा बन जा इतने आ जाते या तो कुछ लिखते ना बोलते ना व्याख्या करते ग्रंथ नहीं सी लिखते जिन्होंने ग्रंथ लिखे ने भाई वीर सिंह ने ग्रंथ लिखे ने वो भी उस श्रेणी से चला गया। जेड़े सिखा ने कुछ लिखा सारा गुरमत उल्ट उन्होंने बेड़ा गर्क किया सारा ये पंक्ति उन्होंने भी लागू होती है जेड़ा गुरबाणी समझ लूगा कदे कविता नहीं लिख सकता या तो गुरबाणी लिखूगा या फिर लिखूगा ही नहीं कुछ या तो गुरबाणी लिखूगा इसे स्टैंडर्ड की गल लिखूगा नहीं लिखूगा ही नहीं छेवें सत्तवें अठवें पातशाह ने लिखे ही नहीं कुछ लिखा नहीं बस नहीं लिखे जे लिखते तो यही लिखते नहीं तो ना लिखते अवस्था उन्होंने भी उही है पर नहीं लिखे जे लिखे भाई गुरदास ने बारह जो लिखिया ने भाई गुरदास ने तो खैर नहीं लिखिया जिन्हें भी लिखिया ने उन्हें वह कम किया सतगुर की रीस से कच पिच बोलते कच पिच बोलते हैं सतगुर की रीस वह पंक्तियां इन्हों लागू ने सतगुर को हर बख्शा हर अमृत भगत भंडारा मूर्ख हो तेन की रीस करे ते हलत पलत मुख काला हलत पलत मुख काला इतें भी मुख काला इतने भी लोगों ने लभ लेना भी गलत लिखे है दरगाह का पता ही है गलत लिखे इतने भी झूठे दरगाह भी झूठे हो उन्होंने गल गुरबाणी ने मेल ही नहीं खाते भाई वीर सिंह भी फैन ने जेडे भाई वीर सिंह के फैन ने गुरबाणी किमें समझ लगे वह भी मूर्ख ने उन्होंने भाई वीर सिंह गुरु है गुरबाणी ना नहीं उन्होंने तलक कोई भी गुरबाणी की सोझी उन्होंने नहीं है जिदन सोझी होगी उदर वीर सिंह कट के परे मार लीजिए उदर वीर सिंह की दुआनी कीमत नहीं रहनी हलत पलत मुख काले के आजूगा वीर सिंह उधर क्यों लिखा उन्हें ये लिखना अपराध है कितने लोग गालते उन्हें जेडे वीर सिंह के फैन ने सब गालते गुरमत को तोड़ते गलत लिखना ना लिखना चंगा है गलत बोलना ना बोलना चंगा है गलत बोले तो दूजे का नुकसान हो जाता गलत लिखे तो दूजे का नुकसान हो जाता जे मैं नहीं बोलता नहीं लिखता तो मेरा नुकसान है ना थोड़ा किसी का तो नुकसान जे बोल दिता लिख दिता होर भी नुकसान कर इस करके हलत पलत मुख काला है अपराध है किताबा दाड़ दाड़ लिखी जाते ने विद्वान ये अपराध है गुरबाणी के दृष्टिकोण तो यह अपराध है अपराधी ने अपराध करी जाते बीजों सूझे को नहीं बह दलीचा पाए सारे बीज ने जो लिख रहे हैं सोची कोई है जी गुरबाणी की कोई सोची जी बहे बैठे ने दलीचा पाए टिके हुए ने भावे ओहो पर अंदरों दो ने टिका होया भी अंदरों दो होंदा अंदरों दुबदा गई नहीं दलीचा अंदर दलीचा दूरे नू कहंदे ने अंदरों दोए ने विचारधारावां दो ने अंदरों
ਸਰੀਰ ਨੂੰ ਆਤਮਾ ਅੱਡ ਨਹੀਂ ਹੋ ਕੇ ਦੇਖੀ, ਸਮਝ ਨਹੀਂ ਆਈ ਹੈ ਸਰੀਰ ਦੀ ਔਰ ਆਤਮਾ ਦੀ ਅੱਡ ਅੱਡ। ਆਤਮਾ ਦੀ ਗੱਲ ਲੈ ਕੇ ਚੱਲਦੇ ਨੇ, ਕ੍ਰਿਸ਼ਨ ਦੀ ਗੱਲ ਲੈ ਕੇ ਚੱਲੇ, ਕ੍ਰਿਸ਼ਨ ਦੇ ਪਿਓ ਦੀ ਗੱਲ ਲੈ ਕੇ ਚੱਲੇ, ਕ੍ਰਿਸ਼ਨ ਕਿੱਥੇ ਜੰਮਿਆ ਸੀ ਉੱਥੇ ਦੀ ਗੱਲ ਲੈ ਕੇ ਚੱਲੇ, ਗੁਰੂ ਨਾਨਕ ਦੀ ਗੱਲ ਲੈ ਕੇ ਜਦ ਚੱਲੇ ਤਾਂ ਨਨਕਾਣਾ ਸਾਹਿਬ ਦੀ ਗੱਲ ਲੈ ਕੇ ਚੱਲੇ। ਨਨਕਾਣਾ ਸਾਹਿਬ ਤੋਂ ਅਸੀਂ ਕੀ ਲੈਣਾ ਸੀ, ਕੀ ਲੈਣਾ ਸੀ ਨਨਕਾਣਾ ਸਾਹਿਬ ਤੋਂ? ਜਨਮ ਤਾਂ ਕਿਸੇ ਭਗਤ ਦਾ ਕਿਤੇ ਵੀ ਹੋ ਸਕਦਾ, ਕੀ ਫਰਕ ਪੈਂਦਾ ਜਨਮ, ਕੀ ਕਰਾਂ ਮੈਂ ਤੁਸੀਂ ਉੱਥੇ ਜਾ ਕੇ? ਨਨਕਾਣਾ ਸਾਹਿਬ ਦੇ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਤਾਂ ਕੁਛ ਮਿਲਿਆ ਨਹੀਂ, ਤੁਹਾਨੂੰ ਕੀ ਮਿਲਜੂ ਉੱਥੇ ਜਾ ਕੇ? ਜਿਹੜੇ ਉੱਥੇ ਵੱਸਦੇ ਰਹੇ ਉਹਨਾਂ ਨੂੰ ਕੀ ਮਿਲ ਗਿਆ, ਤੁਹਾਨੂੰ ਕੀ ਮਿਲਜੂ? ਸਸਤਾ ਭਾਲਦੀ ਹੈ ਦੁਨੀਆ ਵੀ ਗੁਰਬਾਣੀ ਦਾ ਮੰਨੀਏ ਨਾ, ਹੋਰ ਕਿਸੇ ਚੀਜ਼ ਨਾਲ ਕੁਛ ਮਿਲ ਜੂ। ਗੁਰਬਾਣੀ ਦਾ ਮੰਨਣੀ ਔਖੀ ਹੈ, ਇਹਦੇ 'ਤੇ ਚੱਲਣਾ ਤਾਂ ਹੈਗਾ ਔਖਾ, ਹੋਰ ਕੋਈ ਤਰੀਕਾ ਹੋਵੇ ਜਿਹਦੇ ਨਾਲ ਪ੍ਰਾਪਤੀ ਹੋ ਜਾਵੇ, ਇੱਦਾਂ ਹੋਣੀ ਹੋਈ ਨਹੀਂ। ਜਿਹਦੇ ਇਹ ਮੰਨ ਲਿਆ ਵੀ ਹੋਣੀ ਨਹੀਂ, ਉਹਨੂੰ ਨਨਕਾਣਾ ਸਾਹਿਬ ਜਾਣ ਦੀ ਕੋਈ ਲੋੜ ਨਹੀਂ, ਉਹ ਗੁਰਬਾਣੀ ਨੂੰ ਮੰਨੂਗਾ। ਜੇ ਚੱਲਿਆ ਵੀ ਜਾਊਗਾ ਉਹ ਦੇਖਣ ਨੂੰ ਵੀ ਏਰੀਆ, ਤਾਂ ਉਹਦੇ ਕਾਰਨ ਉਹ ਸ਼ਰਧਾ ਨਹੀਂ ਹੈ ਧਰਤੀ ਦੇ ਵਿੱਚ ਵੀ ਜਿੱਥੇ ਕੋਈ ਸ਼ਕਤੀ ਹੈ ਜਾਂ ਕੋਈ ਗੱਲ ਹੈ, ਉਹ ਨਹੀਂ ਇਹੋ ਜਿਹੀ ਰੱਖਦਾ। ਕੋਈ ਗੁਰੂ ਗਿਆ ਹੋਵੇ ਨਨਕਾਣੇ ਸਾਹਿਬ ਦਸ ਪਾ, ਹਾਲਾਂਕਿ ਨਾਂ ਵਰਤਿਆ ਸਾਰਿਆਂ ਨੇ ਨਾਨਕ ਦਾ, ਕੋਈ ਗਿਆ ਉੱਥੇ ਸਾਬਤ ਕਰੋ ਇਹਦਾ ਅੱਜ ਕਿਉਂ ਨਹੀਂ ਗਏ? ਉਹਨਾਂ ਨੇ ਪਿਰਤ ਪਾਈ ਸੀ ਵੀ ਤੁਸੀਂ ਬਿਨਾਂ ਜਾਇਓ, ਪਰ ਅਸੀਂ ਨਹੀਂ ਹਟੇ। ਕੋਈ ਤਾਂ ਦਿਖਾਓ ਵੀ ਗੁਰੂ ਜਾਂਦੇ ਰਹੇ ਨਨਕਾਣੇ ਸਾਹਿਬ, ਕਿਹਾ ਹੋਵੇ ਜਾਇਓ, ਅਸੀਂ ਕਹਿੰਦੇ ਲੱਗ ਗਏ। ਕਿਉਂ ਲੱਗ ਗਏ? ਗੁਰੂ ਦੀ ਤਾਂ ਗੱਲ ਕਿਸੇ ਨੇ ਥੋੜ੍ਹੀ ਯਾਰ ਮੰਨੀ ਹੋਈ ਨਹੀਂ ਹੈ, ਕਰਦੇ ਤਾਂ ਅਸੀਂ ਆਪਣੀ ਮਰਜ਼ੀ ਹਾਂ। ਨਰਕ ਨਿਵਾਰਨ ਨਰੇ ਨਰ ਸੱਚੋ ਸੱਚ ਹੈ ਨਾ, ਨਰ ਹੈ ਨਰ, ਨਰਕ ਨਿਵਾਰਨ ਨਰ ਹੈ ਨਰ, ਨਰ ਹੈ ਨਰ, ਨਰਕ ਨਿਵਾਰਨ ਕੌਣ ਹੈ? ਨਰ ਹੈ ਨਰ, ਨਰ ਹਰ ਨਰ, ਐ ਹੈ ਇਸ ਦੇ ਵਿੱਚ ਸੱਤੀ ਹੋ ਗਿਆ ਹੋਇਆ ਹੈ। ਜੀ ਤੋਂ ਨਰ ਪੈਦਾ ਹੋਇਆ ਹੈ, ਨਰ ਆਪ ਨਰ, ਜਿਹੜਾ ਜਿਹੜਾ ਸਰੀਰ ਨਾਲ ਜੁੜਿਆ ਹੋਇਆ ਅੱਧਾ, ਔਰ ਅੱਧਾ ਜਿਹੜਾ ਸਾਹ ਲੈ ਰਿਹਾ, ਇਹ ਦੋਏ ਰਲ ਕੇ ਹਰ ਨਰ ਹੈ, ਇਹ ਦੋਏ ਬੀਜ ਨੇ। ਨਰਕੇ ਨੇ ਆਪ ਨਿਵਾਰਨ ਕਰਨਾ, ਆਪ ਹੀ ਨਰਕ 'ਚ ਫਸਿਆ, ਆਪ ਹੀ ਛੁੱਟਣਾ। ਮਨ ਮਾਇਆ 'ਚ ਫਸਿਆ ਹੈ ਆਪਣੀ ਮਰਜ਼ੀ ਨਾਲ, ਆਪਣੀ ਇੱਛਾ ਨਾਲ, ਆਪਣੇ ਮੋਹ ਨਾਲ, ਛੱਡ ਦੇਵੇ ਬੋ, ਕਿਸੇ ਨੇ ਫਸਾਇਆ ਹੋਇਆ। ਕੁਰਸੀ ਤੋਂ ਉੱਠਦਾ ਨਹੀਂ ਕਹਿੰਦਾ, ਕੁਰਸੀ ਨਹੀਂ ਛੱਡਦੀ, ਮੈਂ ਕਿਹਾ ਵੀ ਕੁਰਸੀ ਛੁੱਟਦੀ ਨਹੀਂ। ਜੇ ਛੁੱਟਦੀ ਨਹੀਂ ਫਿਰ ਤੇਰੀ ਕਮੀ ਹੈ, ਕਿਉਂ ਨਹੀਂ ਛੁੱਟਦੀ? ਨਰਕ 'ਚ ਜਾਣ ਕੇ ਫਸਿਆ ਹੋਇਆ ਆਪਣੀ ਇੱਛਾ ਨਾਲ, ਜਿੰਨਾ ਚਿਰ ਸੁਪਨਾ ਦੇਖਦਾ ਉਹਨਾਂ ਚਿਰ ਨਰਕ ਨੂੰ ਠੀਕ ਲੱਗਦਾ, ਚੰਗਾ ਲੱਗਦਾ, ਸੱਚਾ ਲੱਗਦਾ, ਇਹ ਹੀ ਸੁਰਗ ਲੱਗਦਾ ਇਹਨੂੰ। ਇਹ ਦੋਹਾਂ ਨੇ ਰਲ ਕੇ ਨਰਕ ਨੂੰ ਨਿਵਾਰਨ ਕਰਨਾ, ਇਕੱਲਾ ਕੋਈ ਨਹੀਂ ਕਰ ਸਕਦਾ। ਜਿੰਨਾ ਚਿਰ ਦੋ ਇੱਕ ਨਹੀਂ ਹੁੰਦੇ, ਨਰਕ ਦਾ ਨਿਵਾਰਨ ਨਹੀਂ ਹੁੰਦਾ। ਆਪਣੇ ਹੱਥੀਂ ਆਪੇ ਕਾਸ ਬਾਲਣਾ ਪੈਣਾ, ਪੈਰ ਕੁਹਾੜਾ ਵੀ ਆਪਣੇ ਆਪੇ ਮਾਰਿਆ ਸੀ, ਪੈਰ ਕੁਹਾੜਾ ਮਾਰਿਆ ਗਾਫਲ ਆਪਣੇ, ਨਰਕ ਵੀ ਆਪੇ ਨਿਵਾਰਨ ਕਰਨਾ। ਸੱਚੋ ਸੱਚ ਹੈ ਨਾ, ਸੱਚੋ ਸੱਚ ਹੈ ਨਾ, ਹਾਂ ਨਰਕ ਨਿਵਾਰਨ ਨਰ ਹੈ ਨਰ, ਸੱਚੋ ਸੱਚ ਹੈ ਨਾ, ਪਰ ਆਹ ਵਿਧੀ ਅਪਣਾਉਣੀ ਪੈਣੀ। ਸੱਚ ਤੋਂ, ਸੱਚੇ ਤੋਂ, ਅੰਦਰਲੇ ਸੱਚੇ ਤੋਂ ਸੱਚਾ ਨੂੰ ਪ੍ਰਾਪਤ ਕਰਨਾ ਪੈਣਾ, ਸੱਚ ਦਾ ਗਿਆਨ ਸਿੱਖਣਾ ਪੈਣਾ, ਮਨ ਨੂੰ ਲੈਣਾ ਪੈਣਾ ਸੱਚ ਦਾ ਗਿਆਨ। ਸੱਚ ਦਾ ਗਿਆਨ ਮਨ ਲਊਗਾ ਤਾਂ ਝੂਠ ਨੂੰ ਛੱਡੂਗਾ। ਸੱਚ ਦਾ ਗਿਆਨ ਕੀ ਹੈ? ਆਤਮ ਗਿਆਨ, ਵੀ ਤੂੰ ਸੱਤ ਸਰੂਪ ਹੈ, ਝੂਠ ਨਾਲ ਕਿਉਂ ਜੁੜਿਆ ਹੋਇਆ, ਤੂੰ ਕਦੇ ਵਰਦਾ ਨਹੀਂ, ਮਰਨ ਵਾਲੀ ਚੀਜ਼ ਦਾ ਆਸਰਾ ਕਿਉਂ ਲਿਆ ਹੋਇਆ?
ਸਰੀਰ ਨੇ ਢਹਿ ਢੇਰੀ ਹੋ ਜਾਣਾ ਤੈਂ ਡਿੱਗ ਜਾਣਾ। ਨਰਕ ਨਿਵਾਰਨ ਨਰ ਨਰ ਸੱਚੋ ਸੱਚ ਨਾ ਸੱਚੋ ਸੱਚ ਨਾ। ਹਾਂਜੀ ਵਣ ਤ੍ਰਿਣ ਢੂੰਡਤ ਫਿਰ ਰਹੀ ਮਨ ਮੈਂ ਕਰੂੰ ਵਿਚਾਰ। ਵਣ ਤ੍ਰਿਣ ਢੂੰਡਤ ਫਿਰ ਰਹੀ, ਵਣ ਵੱਡੇ ਵੱਡੇ ਦਰਖਤ, ਤ੍ਰਿਣ ਛੋਟੇ ਛੋਟੇ ਤਿਣਕਿਆਂ ਦੇ ਵਿੱਚ ਸਾਰਿਆਂ 'ਚ ਢੂੰਡਿਆ ਵੀ ਤੂੰ ਹੈਗਾ ਹੈ, ਜੋਤ ਹੈ ਸਾਰਿਆਂ 'ਚ। ਢੂੰਡਤ ਫਿਰ ਰਹੀ ਫਿਰ ਰਹੀ ਮਨ ਮੈਂ ਕਰੂੰ ਵਿਚਾਰ, ਮਨ ਮੈਂ ਕਰੂੰ ਵਿਚਾਰ। ਵਣ ਤ੍ਰਿਣ ਢੂੰਡਤ ਫਿਰ ਰਹੀ ਮਨ ਮੈਂ ਕਰੂੰ ਵਿਚਾਰ, ਲਾਲ ਰਤਨ ਭਉ ਮਾਨਕੀ ਸਤਿਗੁਰ ਹੱਥ ਭੰਡਾਰ। ਸਤਿਗੁਰ ਹੱਥ ਭੰਡਾਰ, ਠੀਕ ਹੈ। ਵਣ ਤ੍ਰਿਣ ਦੇ ਵਿੱਚ ਹੈਗਾ ਸਾਰੇ ਹੀ, ਹੈਗਾ ਸਾਰੀ ਦੁਨੀਆ ਬਣਦੀ ਹੈ, ਪਰ ਉਹਦੇ ਵਿੱਚੋਂ ਤੁਹਾਨੂੰ ਕੀ ਹੈ, ਤੁਹਾਡੇ ਅੰਦਰ ਕਿਹੜਾ ਨਹੀਂ ਹੈ? ਸਤਿਗੁਰ ਦੇ ਹੱਥ ਭੰਡਾਰ ਹੈ ਕਿ ਹੈ ਸਾਰੇ ਹੀ ਜਗ੍ਹਾ ਜੋਤ, ਪਰ ਤੁਸੀਂ ਆਪਣੀ ਗੱਲ ਕਰਨੀ ਹੈ। ਹਰ ਵੱਖਰੀ ਵੱਖਰੀ ਜੋਤ ਹੈ, ਹਰ ਜਗ੍ਹਾ ਫਸੀ ਹੋਈ ਹੈ। ਗੱਲ ਆਤਮ ਦਰਸ਼ਨ ਦੀ ਹੈ, ਆਤਮ ਕਲਿਆਣ ਦੀ ਹੈ, ਆਤਮ ਸੁਧਾਰ ਦੀ ਹੈ, ਆਤਮ ਰਸ ਦੀ ਹੈ। ਉਹ ਬਣ ਤਰਨ ਵਾਲੀ ਜਿਹੜੀ ਅਵਸਥਾ ਹੋਰ ਹੈ, ਉਹ ਡਿਵੈਲਪ ਹੋ ਕੇ ਆਦਮੀ ਤਾਂ ਕਹੂ ਆਪਣਾ ਕੰਮ ਕਰੂ, ਤੂੰ ਆਪਣਾ ਕਰਦਾ ਰਹਿ, ਉਹਦੀ ਅਵਸਥਾ ਹੋਰ ਹੈ, ਤੇਰੀ ਅਵਸਥਾ ਹੋਰ ਹੈ, ਠੀਕ ਹੈ ਸਾਰੇ ਹੀ ਹੈ। ਬਣ ਤਰਨ ਨੂੰ ਅਸੀਂ ਉਪਦੇਸ਼ ਨਹੀਂ ਕਰ ਸਕਦੇ, ਨਾ ਉਹਦੀ ਬੋਲੀ ਅਸੀਂ ਸਮਝੀਏ, ਨਾ ਸਾਡੀ ਬੋਲੀ ਸਮਝੀ। ਬਣ ਤਰਨ ਦੇ ਵਿੱਚ ਢੂੰਡ ਕੇ ਕੋਈ ਫਾਇਦਾ ਨਹੀਂ। ਜਿਹੜੇ ਲੋਕ ਘਾਹ ਕੱਟਣਾ ਛੱਡ ਗਏ ਸੀ, ਵੀ ਇਹ 'ਚ ਘਾਹ ਕੱਟਣਾ ਛੱਡਤਾ ਸੀ ਅੱਗੇ ਲੋਕਾਂ ਨੇ, ਵੀ ਸਾਰਿਆਂ 'ਚ ਜਾਨ ਫੁੱਲ ਪਾ ਵਾਲਿਆਂ ਨੇ ਘਾਹ ਤੱਕ ਵੱਢਣਾ ਛੱਡਤਾ, ਇਹ 'ਚ ਆਤਮਾ। ਆਤਮਾ ਤਾਂ ਅਮਰ ਹੈ ਫਿਰ, ਇਹ ਤਾਂ ਸ੍ਰਿਸ਼ਟੀ ਉਹ ਸਾਰਾ ਖਤਮ। ਜੇ ਪੁੱਠੇ ਪਾਸੇ ਨੂੰ ਇਹ ਪੁੱਠਾ ਚੱਕਰ ਹੈ ਬੁੱਧਵਾਰ ਮੰਨਣਾ, ਨੇਚਰ ਤੋਂ ਪੁੱਠੀ ਗੱਲ ਹੈ ਸਾਰੀ, ਉਹ ਆਪਣੇ ਬਾਪ ਨੂੰ ਮੰਨਣਾ। ਜੀਆਂ ਕਾ ਆਹਾਰ ਜੀ ਜਿਹੜਾ ਬਣਾਇਆ, ਇਹ ਕੁਦਰਤ ਨੇ ਬਣਾਇਆ, ਕੁਦਰਤ ਹੈ। ਜੀਆਂ ਕਾ ਆਹਾਰ ਜੀ ਪਾਣੀ ਦੇ ਵਿੱਚ, ਚਲੋ ਬਾਹਰ ਤਾਂ ਹੋਰ ਗੱਲ ਹੈ, ਪਾਣੀ ਦੇ ਵਿੱਚ ਜਿਉਂਦੀ ਮੱਛੀ ਜਿਉਂਦੀ ਮੱਛੀ ਨੂੰ ਖਾਂਦੀ ਹੈ, ਜਿਉਂਦੇ ਜੀਵ ਜਿਉਂਦੇ ਨੂੰ ਖਾਈ ਜਾਂਦੇ ਨੇ, ਉੱਥੇ ਕਿਹੜਾ ਕੋਈ ਹਟ ਜਾਂਦੀ ਹੈ? ਕੁਦਰਤ ਨੇ ਬਣਾਇਆ, ਕੁਦਰਤ ਦਾ ਨਿਯਮ, ਕੁਦਰਤ ਦੇ ਅਨੁਸਾਰ ਚੱਲਣਾ। ਉੱਥੇ ਆਪਣੀ ਮਰਜ਼ੀ ਘਸੋੜ ਲੈਂਦੇ ਹਾਂ ਅਸੀਂ, ਸਾਨੂੰ ਆਉਣ ਲੱਗ ਜਾਂਦਾ ਤਰਸ। ਕੀ ਪਰਮੇਸ਼ਰ ਕਰੂਅਲ ਹੈ, ਤੁਸੀਂ ਜ਼ਿਆਦਾ ਤਰਸ ਵਾਲੇ ਹੋ? ਜੇ ਤੁਹਾਨੂੰ ਤਰਸ ਆਉਂਦਾ, ਪਰਮੇਸ਼ਰ ਨੂੰ ਨਹੀਂ ਤਰਸ ਆਉਂਦਾ ਜਿਹਨੇ ਬਣਾਏ ਰਹੇ, ਫਿਰ ਉਹਨੂੰ ਦਿਆਲੂ ਕਿਵੇਂ ਕਹਿੰਦੇ ਹੋ ਤੁਸੀਂ? ਦਿਆਲੂ ਕਾਹਦੇ ਕਹਿੰਦੇ ਹੋ? ਦਿਆਲੂ ਰਿਹਾ ਨਾ, ਕਰੂਅਲ ਹੋ ਗਿਆ। ਜਦ ਆਦਮੀ ਆਪ ਦਿਆਲੂ ਬਣਦਾ, ਇੱਧਰ ਨੂੰ ਜਾਂਦਾ, ਤਾਂ ਪਰਮੇਸ਼ਰ ਕਰੂਅਲ ਬਣ ਜਾਂਦਾ, ਇਹਦਾ ਸੁਭਾਅ ਤਾਂ ਉਲਟ ਹੋ ਜਾਂਦਾ। ਜਿੱਥੇ ਅਸੀਂ ਦਇਆ ਕਰਦੇ ਹਾਂ ਨਾ, ਸਾਡੇ ਅੰਦਰ ਦਇਆ ਪੈਦਾ ਹੁੰਦੀ ਹੈ, ਵੀ ਲੈ ਇਹਨੂੰ ਮਾਰੀਏ। ਇਹ ਤਾਂ ਮਤਲਬ ਅਸੀਂ ਦਿਆਲੂ ਹੋ ਗਏ, ਜਿਹਨੇ ਬਣਾਇਆ ਉਹ ਕਰੂਅਲ ਹੋ ਗਿਆ। ਪਿੱਛੇ ਰਹਿ ਮਗਰ ਭੱਜਦਾ, ਇੱਕ ਜਾਨਵਰ ਨੂੰ ਫੜ ਲੈਂਦਾ, ਬਥੇਰਾ ਰੌਲਾ ਪਾਉਂਦਾ, ਫੜ ਲੈਂਦਾ, ਖਾ ਲੈਂਦਾ। ਦੀਏ ਮੈਂ ਕੁਦਰਤ, ਕਈ ਵਾਰ ਉਹਨੇ ਉਹਨੂੰ ਖਾਧਾ, ਕਈ ਵਾਰ ਉਹਨੇ ਉਹਨੂੰ ਖਾਧਾ, ਤੁਹਾਨੂੰ ਪਤਾ ਇਸ ਗੱਲ ਦਾ? ਫਿਰ ਆਪਾਂ ਨੂੰ ਕੀ ਲੋੜ ਹੈ ਇਸ ਗੱਲ ਦੇ ਪਿੱਛੇ ਪੈਣ? ਜਿਹੜੀ ਚੀਜ਼ ਦਾ ਪਤਾ ਹੀ ਨਹੀਂ, ਉਹਦੇ ਵਿੱਚ ਅਸੀਂ ਦਖਲ ਕਿਉਂ ਦੇਈਏ? ਦੀਏ ਮੈਂ ਉਹਨੇ ਬਣਾਇਆ, ਉਹਨੂੰ ਪਤਾ ਹੋਊ ਕਿਉਂ ਬਣਾਇਆ? ਤੁਸੀਂ ਆਪਣਾ ਕੰਮ ਕਰੋ, ਆਪਣੇ ਕੰਮ ਦੇ ਵੱਲ ਧਿਆਨ ਨਾ ਦੇ ਕੇ ਹੋਰ ਕੰਮਾਂ ਵੱਲ ਜ਼ਿਆਦਾ ਧਿਆਨ ਦੇ ਰਿਹਾ ਆਦਮੀ। ਕੁਦਰਤ ਦੇ ਨਿਯਮਾਂ ਵਿੱਚ ਦਖਲ ਦਿੰਦਾ ਸੀ ਜ਼ਿਆਦਾ ਕਰ ਰਿਹਾ, ਪੁੱਲ ਪਾਪ ਲਿਖ ਕੇ ਉਹਦਾ ਧਿਆਨ ਜ਼ਿਆਦਾ, ਆਪਣੇ ਵੱਲ ਧਿਆਨ ਨਹੀਂ ਹੈ। ਇਹ ਚੀਜ਼ਾਂ ਦਾ ਧਿਆਨ ਤੁਹਾਡਾ ਡਾਇਵਰਟ ਕਰ ਦੇਣਗੀਆਂ, ਹੋਰੇ ਪਾਸੇ ਕਰ ਦੇਣਗੀਆਂ।
ਪੁੰਨ ਪਾਪ ਲਿਖਣ ਵਾਲਿਆਂ ਨੇ ਰਿਸ਼ੀਆਂ ਮੁਨੀਆਂ ਦਾ ਧਿਆਨ ਹੋਰ ਪਾਸੇ ਚਲਾ ਗਿਆ। ਇਸ ਕਰਕੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾ ਬਿਨਾਂ ਸਭ ਕੂੜ ਗਾਲੀ ਉੱਛੀਆਂ ਉੱਛੀਆਂ ਗੱਲਾਂ 'ਤੇ ਉਤਰਿਆ ਹੈ। ਪਰਮੇਸ਼ਰ ਨੂੰ ਨਾਲੇ ਕਹੇ ਜਾਂਦੇ ਨੇ ਦਿਆਲੂਆ, ਨਾਲੇ ਰੂਲ ਬਣਾਤਾ ਉਹਨੂੰ, ਸਿਸਟਮ ਤਾਂ ਸਾਰਾ ਉਹਦਾ ਬਣਾਇਆ ਹੋਇਆ। ਫਿਰ ਜੰਮਣ ਮਰਨਾ ਨਾਲੇ ਹੁਕਮ ਕਹਿੰਦੇ ਨੇ, ਜੇ ਹੁਕਮ ਹੈ ਜੰਮਣ ਮਰਨਾ ਤੇ ਮੈਂ ਜਿਵੇਂ ਚੱਲਦਾ ਚੱਲਣਾ, ਤੁਹਾਨੂੰ ਕੀ ਤੁਸੀਂ ਦੇਖ ਵੀ ਨਹੀਂ ਸਕਦੇ। ਅਸਲ 'ਚ ਕਮਜ਼ੋਰ ਆਦਮੀ ਹੈ, ਕਮਜ਼ੋਰ ਬਹੁਤ ਤੋਂ ਖੁਦ ਡਰਦਾ ਹੈ। ਸਰੀਰ ਦਾ ਖੁਦ ਪ੍ਰੇਮ ਹੈ, ਸਰੀਰ ਨੂੰ ਖੁਦ ਨਹੀਂ ਛੱਡਣਾ ਚਾਹੁੰਦਾ, ਵਿੱਚੋਂ ਕਮਜ਼ੋਰੀ ਦਾ ਹੈ ਇਹ। ਕਮਜ਼ੋਰੀ ਕੀ ਹੈ? ਸਰੀਰ ਨਾਲ ਮੋਹ ਹੈ ਇਹਦਾ, ਉਹਦਾ ਵੀ ਉਹੋ ਜਿਹਾ ਹੀ ਮੋਹ ਸਮਝਦਾ, ਮੋਹ ਤਾਂ ਸਾਰਿਆਂ ਦਾ ਹੀ ਹੈ। ਉਹ ਕਮਜ਼ੋਰੀ ਇਹਨੂੰ ਕਮਜ਼ੋਰੀ ਵਾਲੀ ਜਿਹੜਾ ਹੈ ਨਾ, ਕਮਜ਼ੋਰੀ ਵਾਲਾ ਸ਼ੀਸ਼ਾ, ਉਹਦਾ ਜਿਹੜਾ ਰੰਗ ਆਇਆ, ਉਹ ਰੰਗ ਤੇ ਦੇਖਦਾ ਫਿਰ ਪਰਮੇਸ਼ਰ ਤੋਂ ਉਲਟ ਇਹਦੀ ਦ੍ਰਿਸ਼ਟੀਕੋਣ ਹੋ ਜਾਂਦਾ। ਵਿਵੇਕ ਬੁੱਧੀ ਵਾਲੀ ਜਦ ਅੱਖ ਹੁੰਦੀ ਹੈ ਫਿਰ ਨਹੀਂ ਹੁੰਦਾ। ਜਦ ਵਿਵੇਕ ਬੁੱਧੀ ਵਾਲੀ ਅੱਖ ਹੋ ਜਾਂਦੀ ਹੈ, ਸ਼ੀਸ਼ਾ ਰੰਗ ਬਹੁ ਰੰਗੀ ਹੈ ਨਾ, ਹਰ ਆਪੇ ਹੀ ਇੱਕ ਰੰਗ ਹੈ। ਜੇ ਤਾਂ ਵਿਵੇਕ ਵਾਲਾ ਰੰਗ ਹੈ ਫਿਰ ਤਾਂ ਕੁਛ ਵੀ ਗਲਤ ਨਹੀਂ ਲੱਗਦਾ, ਠੀਕ ਹੈ। ਉਸ 'ਤੇ ਹੋਏ ਨਹੀਂ ਕੁਛ ਬੁਰਾ। ਔਰ ਇਹ ਕਹੋ ਕਹਿੰਦੇ ਕੁਛ ਕਰਾ, ਹੋਰ ਦੱਸੋ ਕਿਹਨੇ ਕੁਛ ਕੀਤਾ। ਉਹ ਸ਼ੇਰ ਨਹੀਂ ਮਾਰ ਰਿਹਾ, ਸ਼ੇਰ 'ਤੇ ਮਰਵਾ ਰਿਹਾ, ਉਹਦੀ ਮੌਤ ਹੈ, ਉਹਦੀ ਖੁਰਾਕ ਹੈ, ਦੋਵੇਂ ਇਕੱਠੀਆਂ ਕੀਤੀਆਂ। ਉਹਨੂੰ ਭੁੱਖੇ ਨੂੰ ਖੁਰਾਕ ਦੇਣੀ, ਉਹਦੀ ਮੌਤ ਹੈ ਉਸ ਵੇਲੇ, ਉਨੇ ਚਿਰ ਵਾਸਤੇ ਸੀ ਉਹਨੇ ਖੁਰਾਕ ਦੇਣੀ ਹੈ। ਨਾਲੇ ਉਹਨੇ ਦੋ ਕੰਮ ਉਹਨੇ ਕਰਨੇ ਨੇ, ਤੁਸੀਂ ਕਰਨੇ ਨੇ, ਉਹਨੂੰ ਕਰਨ ਦਿਓ ਆਪਣੇ ਕੰਮ, ਕਰ ਰਿਹਾ ਠੀਕ ਹੈ। ਇਸ ਕਰਕੇ ਆਪਣੀ ਮੌਤ ਵੇਲੇ ਵੀ ਕੰਮਦਾ, ਆਪਣਾ ਮੌਤ ਦਾ ਨਾਂ ਲੈ ਕੇ ਕੰਮਦਾ। ਨਿਰਭੈ ਅਵਸਥਾ ਨਹੀਂ ਹੈ, ਭੈ ਭੀਤ ਹੈ। ਉਹ ਭੈ ਜਿਹੜੀ ਇਹਦੇ ਅੰਦਰ, ਉਹ ਜੋ ਭੈ ਦੇ ਡਰ ਚੋਂ ਜੋ ਪੈਦਾ ਹੋਇਆ ਉਹਨੂੰ ਦਇਆ ਕਹਿੰਦਾ ਹੈ। ਦਇਆ, ਇਹ ਦਇਆ ਹੈ, ਦਇਆ ਨਹੀਂ ਕਮਜ਼ੋਰੀ ਹੈ। ਉਹ ਜਿਹਨੂੰ ਦਇਆ ਕਹਿੰਦੇ ਉਹ ਕਮਜ਼ੋਰੀ ਹੈ, ਬਹੁਤ ਗਹਿਰੀ ਕਮਜ਼ੋਰੀ ਹੈ ਕਿਤੇ। ਉਹਨੂੰ ਉਹਦਾ ਨਾਂ ਰੱਖ ਲਿਆ ਦਇਆ। ਉਹ ਕੀ ਕਰਦੇ ਨੇ, ਜੀਆਂ ਘੁੱਟ ਘੁੱਟ ਖਾਂਬਦੇ, ਉਹ ਕੀ ਕਰਦੇ ਤੇ ਦਿਆਵਾਨ ਕਹਿੰਦੇ ਤੇ ਸਾਰਾ ਮੈਨੂੰ ਦਾਨ ਕਰਦੇ, ਚੁਮਾਰ ਛਾਲ ਤੈਨੂੰ ਮੁਕਤੀ ਮਿਲ ਜੂਗੀ। ਥੱਲੇ ਆ ਰਿਹਾ ਚੱਲਦਾ ਸੀ, ਕੱਟ ਕੇ ਗੰਗਾ ਦੇ ਵਿੱਚ ਚਲਾ ਜਾਂਦਾ ਸੀ, ਪੈਸੇ ਪਿੱਛੇ ਆਦਮੀ ਨੂੰ ਮਾਰ ਦਿੰਦੇ ਸੀ। ਡਾਲਾ ਸੋ ਪੇਡਾ ਗਟਕਾਵੇ, ਪ੍ਰਚਾਰ ਦਇਆ ਦਾ ਕਰਦੇ ਸੀ। ਟਾਹਣੀ ਵਾਸਤੇ, ਟਾਹਣੀ ਕੀ ਹੁੰਦੀ ਹੈ, ਮਾਇਆ, ਮਾਇਆ ਵਾਸਤੇ ਜਿਹਨੇ ਮਾਇਆ ਪੈਦਾ ਕੀਤੀ ਹੈ ਆਦਮੀ, ਉਹਨੂੰ ਮਾਰ ਦਿੰਦੇ ਸੀ। ਡਾਲਾ ਸਿਓ, ਡਾਲਾ ਬਾਤ ਸਿਓ, ਪੇਡਾ ਗੜਕਾਵੇ, ਪੇੜ ਨੂੰ ਜੜ ਤੇ ਪੱਟ ਦਿੰਦੇ ਸੀ, ਟਾਹਣੀ ਚਾਹੀਦੀ ਸੀ। ਉਹ ਇੱਦਾਂ ਕਰ ਰਹੇ ਸੀ, ਉਹ ਦਇਆ ਦਾ ਪ੍ਰਚਾਰ ਕਰਦੇ ਸੀ, ਪ੍ਰਚਾਰ ਦਇਆ ਦਾ ਕਰਦੇ ਸੀ। ਸੰਤ ਵੀ ਇਹੀ ਕੁਛ ਕਰਦੇ ਨੇ, ਬਹੁਤ ਸਾਰੇ ਸੰਤਾਂ ਬਾਰੇ ਆਇਆ ਹੋਇਆ ਕੀ ਕੀਤਾ ਇਹਨਾਂ ਨੇ। ਲੋਕ ਤਾਂ ਜਾਣਦੇ ਹੀ ਨੇ, ਗੱਲਾਂ ਤਾਂ ਹੁੰਦੀਆਂ ਹੀ ਨੇ, ਜੇ ਸਾਰਿਆਂ ਨੂੰ ਨਹੀਂ ਪਤਾ, ਥੋੜ੍ਹਿਆਂ ਨੂੰ ਪਤਾ ਹੁੰਦਾ। ਹਾਂਜੀ, ਲਾਲ ਰਤਨ ਬਹੁ ਮਾਨਕੀ ਸਤਿਗੁਰੂ ਹੱਥ ਭੰਡਾਰ। ਲਾਲ ਰਤਨ ਬਹੁ ਮਾਨਕੀ, ਲਾਲ ਰਤਨ ਬਹੁ ਮਾਨਕੀ, ਇਹ ਜਿਹੜੇ ਗੁਰਮਤ ਹੈ, ਗੁਰਮਤ ਦਾ ਜਿਹੜਾ ਵਿਸ਼ਾ ਹੈ, ਗੁਰਮਤ ਦਾ ਜਿਹੜਾ ਗਿਆਨ ਹੈ, ਇਹਦੇ ਵਿੱਚ ਬਹੁਤ ਹੀ ਕੀਮਤੀ ਗੱਲਾਂ ਨੇ। ਲਾਲ ਰਤਨ ਬਹੁ ਮਾਨਕੀ ਸਤਿਗੁਰ ਹੱਥ ਭੰਡਾਰ, ਸਤਿਗੁਰ ਹੱਥ ਭੰਡਾਰ, ਬਹੁਤ ਕੀਮਤ ਗੱਲਾਂ, ਕੀਮਤੀ ਗੱਲਾਂ ਨੇ ਇਹ। ਗੱਲਾਂ ਗੁਣ ਪੈਦਾ ਕਰਦੀਆਂ ਨੇ, ਬਹੁਤ ਹੀ ਬੇਸ਼ ਕੀਮਤੀ ਗੱਲਾਂ ਨੇ ਇਹ। ਭੰਡਾਰ ਸਤਿਗੁਰ ਦੇ ਹੱਥ 'ਚ, ਇਹ ਗਿਆਨ ਦਾ ਭੰਡਾਰ ਸਤਿਗੁਰ ਦੇ ਹੱਥ 'ਚ ਹੈ। ਗੁਰਮਤ ਜਿਹੜੀ ਹੈਗੀ, ਇਹਦੇ ਵਿੱਚ ਰਤਨ ਜਵਾਹਰ ਮਾਣਕ ਨੇ, ਇਹਦਾ ਭੰਡਾਰ ਗੁਰਪੁਰਬ ਦਾ ਸਤਿਗੁਰ ਦੇ ਹੱਥ 'ਚ ਹੈ।
ਅੰਤਰਾਤਮਾ ਦੇ ਕੋਲ ਹੈ। ਉੱਤਮ ਹੋਵਾਂ ਪ੍ਰਭ ਮਿਲੈ, ਭਾਵੇਂ ਸਤਿਗੁਰ ਕੋਲ ਨਹੀਂ ਭੰਡਾਰ, ਸਤਿਗੁਰ ਹੱਥ ਭੰਡਾਰ ਕਿਹਾ, ਸਤਿਗੁਰ ਕੋਲ ਭੰਡਾਰ ਨਹੀਂ ਕਿਹਾ। ਸਾਡੇ ਕੋਲ ਇੱਕ ਤਾਰ ਆ ਰਹੀ ਹੈ, ਤਾਰ 'ਚ ਬਿਜਲੀ ਪੈਦਾ ਨਹੀਂ ਹੁੰਦੀ, ਤਾਰ ਇੱਕ ਸਪਲਾਈ ਲਾਈਨ ਪੈਦਾ ਪਾਵਰ ਹਾਊਸ 'ਚ ਹੋ ਰਹੀ ਹੈ, ਪਰ ਸਤਿਗੁਰ ਤਾਂ ਇੱਕ ਸਪਲਾਈ ਲਾਈਨ ਇਹਦੇ ਹੱਥ 'ਚ ਹੈ। ਹੱਥ ਦਾ ਮਤਲਬ ਹੱਥ ਇਹਦਾ ਹੈ, ਵਸਤੂ ਇਹਦੀ ਹੀ ਹੈ। ਸਤਿਗੁਰ 'ਤੇ ਨਾਮ ਪਾਇਆ ਜਾਏ, ਸਤਿਗੁਰ ਦੇ ਥਰੂ ਮਿਲਦਾ ਨਾਮ, ਸਤਿਗੁਰ ਕੋਲ ਨਾਮ ਨਹੀਂ ਹੁੰਦਾ। ਸਤਿਗੁਰ ਨੂੰ ਸੱਚਖੰਡ ਤੋਂ ਮਿਲਦਾ ਨਾਮ, ਪਰ ਕਿਉਂਕਿ ਉਹ ਖੜਾ ਉੱਥੇ ਦਰਵਾਜ਼ੇ 'ਤੇ ਰਹਿੰਦਾ ਸਤਿਗੁਰ, ਹਰ ਦਰਗਾਹ ਦੇ ਦੁਆਰੇ 'ਤੇ ਖੜਾ, ਮੈਸੇਜ ਉਹਦੇ ਥਰੂ ਮਿਲਦਾ, ਹਰ ਦਰਗਾਹ ਕੀਆਂ ਬਾਤਾਂ ਦੁਆਰ ਕਾ। ਜਿਹੜਾ ਸਾਡਾ ਚਿੱਤ ਹੈ ਇਹ ਅਸਲ 'ਚ ਦੁਆਰੇ 'ਤੇ ਖੜਾ ਰਹਿੰਦਾ ਹਰ ਵਕਤ, ਇੱਥੇ ਦੁਆਰਾ ਜਿੱਥੇ ਚਿੱਤ ਹੈ, ਬਾਹਰ ਕਿਤੇ ਦੁਆਰਾ ਨਹੀਂ। ਜਿੱਥੇ ਅੰਤਰਾਤਮਾ ਜਿੱਥੇ ਬੈਠ ਕੇ ਅਸੀਂ ਸੱਚ 'ਤੇ ਆਉਂਦੇ ਹਾਂ ਨਾ, ਫਿਰ ਅਸੀਂ ਕਹਿੰਦਾ ਨਹੀਂ ਬਈ ਬੇਈਮਾਨੀ ਨਹੀਂ ਕਰਦੇ, ਨਾ ਬਈ ਝੂਠ ਨਹੀਂ ਬੋਲਦਾ। ਜਿੱਥੇ ਇਹ ਫੈਸਲੇ ਲੈਂਦੇ ਉਹ ਦੁਆਰ, ਜਿੱਥੇ ਸੱਚੇ ਫੈਸਲੇ ਲੈਂਦੇ ਹਾਂ ਨਾ, ਆ ਕੇ ਸੱਚ 'ਤੇ ਆ ਜਾਂਦੇ ਹਾਂ ਅਸੀਂ, ਉਹ ਕਹਿੰਦੇ ਨੇ ਉਹ ਦੁਆਰ ਹੈ, ਸੱਚਖੰਡ ਦੇ ਬਾਹਰਲਾ ਦੁਆਰ ਹੈ। ਜੋ ਬਾਹਰੇ ਹਾਂ ਅੰਦਰ ਨਹੀਂ, ਐਂ ਬਾਹਰੇ ਪਰ ਦੁਆਰ ਤਾਂ ਹੈ, ਦੁਆਰ ਹੈ ਉਹ, ਉੱਥੇ ਕੰਮ ਸ ਕੰਮ ਭਵ ਸਾਗਰ ਦੇ ਔਰ ਸੁਖ ਸਾਗਰ ਦੇ ਸੈਰ ਸੁਣ ਕੇ ਘਾਟ 'ਤੇ ਉਸ ਲਕੀਰ 'ਤੇ ਖੜ੍ਹੇ ਹਾਂ, ਇੱਧਰ ਭਵ ਸਾਗਰ ਹੈ ਇੱਧਰ ਸੁਖ ਸਾਗਰ, ਨਾ ਭਵ ਸਾਗਰ ਜਾਂ ਨਾ ਸੁਖ ਸਾਗਰ, ਬਾਰਡਰ 'ਤੇ ਖੜ੍ਹੇ, ਦੁਆਰ ਬਾਰਡਰ ਹੈ ਹੁੰਦਾ। ਉੱਤਮ ਹੋਵਾਂ ਪ੍ਰਭ ਮਿਲੈ, ਇੱਕ ਮਨ ਇੱਕ ਹੈ ਭਾਏ, ਉੱਤਮ ਉੱਤਮ ਹੋਵਾਂ ਪ੍ਰਭ ਮਿਲੈ, ਪ੍ਰਭ ਪ੍ਰਭ ਕਵੀ ਮਿਲੇ, ਉੱਤਮ ਹੋਵੋ। ਉੱਤਮ ਕੀ ਹੁੰਦਾ, ਦੁਨੀਚੇ ਦਾ ਉੱਪਰ ਚਲਾ ਜਾਓ, ਉੱਚਤਮ, ਉੱਚਤਮ ਨੂੰ ਉੱਤਮ ਕਹਿੰਦੇ ਨੇ। ਇੱਕ ਹੁੰਦਾ ਉੱਚਾ, ਇੱਕ ਉੱਚੇ ਤੇ ਉੱਚਾ, ਉੱਚੇ ਤੇ ਉੱਚਾ ਜਿਹੜਾ ਹੁੰਦਾ ਉਹ ਉੱਚਤਮ ਹੁੰਦਾ। ਜਿੰਨੇ ਸੰਸਾਰ ਦੇ ਵਿੱਚ ਉੱਚੇ ਨੇ ਮਹਾਂਪੁਰਸ਼ ਹੋਏ ਨੇ, ਜੇ ਜਿਹਨਾਂ ਨੂੰ ਸੰਸਾਰ 'ਚ ਕੋਈ ਮਹਾਂਪੁਰਖ ਹੁੰਦਾ ਨਹੀਂ ਹੈ, ਜਿਹੜੇ ਮਹਾਂਪੁਰਖ ਹੁੰਦੇ ਨੇ ਮਹਾਂਪੁਰਖ ਵੀ ਨਹੀਂ ਹੁੰਦੇ, ਉਹਨਾਂ ਨੂੰ ਗਿਆਨ ਨਹੀਂ ਵੀ ਮਹਾਂਪੁਰਖ ਪੈਦਾ ਨਹੀਂ ਹੁੰਦੇ ਹੁੰਦੇ, ਤਾਂ ਮਹਾਂਪੁਰਖ ਕਹਾ ਲੈਂਦੇ ਨੇ। ਉਹਨਾਂ ਨੂੰ ਪਤਾ ਹੀ ਨਹੀਂ ਵੀ ਮਹਾਂਪੁਰਖ ਹੁੰਦਾ ਕੀ ਹੈ, ਮਹਾਂਪੁਰਖ ਦੀ ਤਾਂ ਬਾਣੀ ਹੈ। ਪੁਰਖ ਤੋਂ ਉੱਪਰ ਸੰਸਾਰ 'ਚ ਕੋਈ ਬੰਦਾ ਹੁੰਦਾ ਹੀ ਨਹੀਂ, ਪੁਰਾਣੀ ਜਨਮ ਸਾਖੀ 'ਚ ਲਫ਼ਜ਼ ਪੁਰਖਾ ਵਰਤਿਆ ਹੈ, ਗੁਰੂ ਨਾਨਕ ਬੋਲਦਾ ਗੁਰਦਾਨੇ ਨੂੰ ਪੁਰਖਾ, ਮਰਦਾਨਾ ਨਾਨਕ ਨੂੰ ਪੁਰਖਾ ਬੋਲਦਾ, ਪੁਰਖਾ ਕਹਿ ਰਿਹਾ ਮਰਦਾਨਾ, ਗੁਰੂ ਨਹੀਂ ਕਹਿ ਰਿਹਾ ਪੁਰਖਾ, ਮਹਾਂਪੁਰਖ ਵੀ ਨਹੀਂ ਕਹਿ ਰਿਹਾ। ਉਸ ਵੇਲੇ ਤੱਕ ਲੋਕਾਂ ਨੂੰ ਗਿਆਨ ਸੀ, 200 ਸਾਲ ਪਹਿਲਾਂ ਤੱਕ ਲੋਕਾਂ ਨੂੰ ਗਿਆਨ ਸੀ ਵੀ ਬੋਲਣਾ ਕਿਵੇਂ, ਹੁਣ ਤਾਂ ਰਿਹਾ ਹੀ ਨਹੀਂ ਕੁਛ, ਹੁਣ ਇਹ ਸਾਧਾ ਨੇ ਕਰੀ ਹੈ ਨਾ ਪੱਟੀ ਫੇਸ, ਇਹ ਸੰਤਾਂ ਨੇ, ਇਹਨਾਂ ਨੇ ਹਿੰਦੂ ਮਤ ਵਾਲੀ ਬੋਲੀ ਘਸੋੜਤੀ ਸਾਰੀ ਉਹ ਲਿਆ, ਉਦੋਂ ਤੱਕ ਉਹ ਬਦਲੀ ਹੋਈ ਬੋਲੀ ਸੀ ਸਾਡੇ ਕੋਲ, ਜੋ ਗੁਰੂ ਘਰ ਦੀ ਬੋਲੀ ਸੀ, ਕਾਫੀ ਹੱਦ ਤੱਕ ਗੁਰੂ ਘਰ ਵਾਲੀ ਬੋਲੀ ਸਾਡੇ ਕੋਲ ਸੀ, ਗੁਰਮਤ ਵਾਲੀ ਬੋਲੀ ਸਾਡੇ ਕੋਲ ਸੀ, ਗੁਰਮੁਖੀ ਬੋਲੀ ਸਾਡੇ ਕੋਲ ਸੀ ਗੁਰਮੁਖ ਵਾਲੀ, ਹੁਣ ਸਾਰੀਆਂ ਮਨਮੁੱਖਾਂ ਵਾਲੀਆਂ ਸਾਡੇ ਕੋਲ। ਇਸ ਵਕਤ ਉੱਚਤਮ, ਉੱਤਮ ਹੋਵਾਂ ਪ੍ਰਭ ਮਿਲੈ, ਉੱਚਤਮ ਕਦ ਹੁੰਦਾ, ਬਸ ਜਦ ਇਹ ਜੰਮਿਆ ਹੁੰਦਾ ਨਾ ਦਲ, ਫੁੱਟ ਜਾਂਦਾ ਦਾਣਾ, ਪਹਿਲਾਂ ਪਾੜ ਜਾਂਦਾ ਦਾਣਾ ਜੰਮਣ ਤੋਂ ਪਹਿਲਾਂ ਹੀ, ਉਤਲਾ ਜਿਹੜਾ ਛਿਲਕਾ ਨਾ ਭਰਮ ਦਾ ਉਹ ਪਾੜ ਜਾਂਦਾ, ਕਰੈਕ ਹੋ ਜਾਂਦਾ,
ਉਹ ਉੱਚਤਮ। ਬਸ ਜਾਂ ਉੱਚਤਮ ਹੋ ਗਿਆ, ਜਦ ਉਤਲਾ ਛਿਲਕਾ ਫਟ ਗਿਆ, ਬਸ ਫਿਰ ਬਾਹਰ ਜੁੜ ਗਿਆ ਬੱਚਾ। ਫਿਰ ਉਹਨੂੰ ਸੰਸਾਰ ਦੇਖ ਕੇ, ਨਿਰਾਕਾਰ ਦੀ ਦੁਨੀਆ ਦੇਖ ਗਈ ਉਹਨੂੰ, ਉਹ ਅੱਖ ਖੁੱਲ੍ਹ ਗਈ ਉਹਦੀ। ਜਿਹੜਾ ਭਰਮ ਦਾ ਜਾਲਾ ਸੀ ਨਾ ਉਹਦੀ ਅੱਖ 'ਤੇ ਪਿਆ ਹੋਇਆ ਬੀਜ ਕਰਕੇ, ਉਹ ਭਰਮ ਦਾ ਜਾਲਾ ਕੱਟਿਆ ਗਿਆ, ਬਸ ਨਿਰਾਕਾਰ ਦਾ ਦਰਸ਼ਨ ਹੋ ਗਿਆ, ਆਤਮ ਦਰਸ਼ਨ ਹੋ ਗਿਆ, ਪ੍ਰਭ ਮਿਲਿਆ। ਇੱਕ ਮਨ ਇੱਕ ਹੈ ਭੈ, ਹੁਣ ਮਨ ਇੱਕ ਹੋ ਗਿਆ, ਇੱਕ ਹੈ ਭਾਏ ਹੋ ਗਿਆ। ਹੁਣ ਪਹਿਲਾਂ ਇੱਕ ਹੈ ਭਾਏ ਨਹੀਂ ਸੀ, ਦੋ ਭਾਵਨਾਵਾਂ ਸੀ, ਭੁੱਖਾਂ ਦੋਏ ਸੀ, ਸਰੀਰ ਦੀ ਵੀ ਚਿੰਤਾ ਸੀ, ਡੇਰਾ ਚਲਾਉਣ ਦੀ ਵੀ ਚਿੰਤਾ ਸੀ। ਕਹਿੰਦਾ ਭਾਈ ਸਰਦਾ ਨਹੀਂ ਮਾਇਆ ਬਿਨਾਂ, ਹੁਣ ਨਹੀਂ ਮਾਇਆ ਬਿਨਾਂ ਸਰਦਾ, ਹੁਣ ਸਰਦਾ ਜੋ ਰੱਖਾ ਤੇ ਰਹਿ ਗਿਆ, ਜੋ ਦੇਵੇ ਸੋ ਖਾਏ। ਹੁਣ ਮਰਦਾਨੇ ਨੂੰ ਭੁੱਖ ਲੱਗਦੀ ਹੈ ਸਾਖੀਆਂ ਦੇ ਵਿੱਚ, ਗੁਰੂ ਨਾਨਕ ਨੂੰ ਨਹੀਂ ਲੱਗਦੀ। ਲੱਗਦੀ ਹੈ ਸਰੀਰ ਨੂੰ ਭੁੱਖ ਲੱਗਦੀ ਹੈ, ਪਰ ਗੁਰੂ ਨਾਨਕ ਨੂੰ ਨਹੀਂ ਲੱਗਦੀ। ਸਰੀਰ ਦੀ ਭੁੱਖ ਨਾਲ ਉਹਨਾਂ ਦਾ ਆਪਣਾ ਕਨੈਕਸ਼ਨ ਕੋਈ ਨਹੀਂ, ਮਹਿਸੂਸ ਨਹੀਂ ਹੁੰਦੀ ਮਨ ਨੂੰ। ਉਹਨਾਂ ਦਾ ਮਨ ਵਿਆਕੁਲ ਹੁੰਦਾ, ਮਰਦਾਨੇ ਦਾ ਮਨ ਵਿਆਕੁਲ ਹੁੰਦਾ ਸਰੀਰ ਦੀ ਭੁੱਖ ਪਿਆਸ ਨਾਲ, ਨਾਨਕ ਦਾ ਮਨ ਵਿਆਕੁਲ ਨਹੀਂ ਹੁੰਦਾ। ਬਸ ਇਹੀ ਤਾਂ ਫਰਕ ਸੀ। ਉਹ ਕਹਿੰਦਾ ਵੀ ਜਿਹਦਾ ਸਰੀਰ ਹੈ ਉਹਨੂੰ ਫਿਕਰ ਹੈ, ਨੱਕ ਨੱਤ ਖਸਮਤ ਕਿਰਤ ਧੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ, ਜਿੱਥੇ ਦਾਣੇ ਨੇ ਆਪੇ ਖਾ ਲੈਣੇ ਮਿਲ ਜਾਣੇ। ਨਾਨਕਾ ਸੱਚ ਹੈ, ਉਹਨੂੰ ਭਰੋਸਾ ਹੈ, ਉਹਨੂੰ ਭਰੋਸਾ ਹੈ। ਜਦੋਂ ਭਰੋਸਾ ਟੁੱਟ ਜਾਵੇ ਨਾ, ਉਦੋਂ ਆਦਮੀ ਦੀ ਡੈਥ ਹੋ ਜਾਂਦੀ। ਕੰਫੀਡੈਂਸ ਚਲਾ ਜਾਵੇ ਨਾ ਬਿਮਾਰ ਆਦਮੀ ਦਾ, ਡੈਥ ਹੋ ਜਾਂਦੀ। ਜਦੋਂ ਕੰਫੀਡੈਂਸ ਬਣਿਆ ਰਹੇ ਤਾਂ ਡੈਥ ਨਹੀਂ ਹੁੰਦੀ, ਆਦਮੀ ਤੈਰਦਾ ਜਾਂਦਾ। ਕੰਫੀਡੈਂਸ ਟੁੱਟ ਜਾਵੇ ਉੱਥੇ ਡੁੱਬ ਜਾਂਦਾ, ਬਸ ਸਰੀਰ ਜਾਂਦੀ ਰਹਿੰਦੀ। ਜੇ ਕੰਫੀਡੈਂਸ ਬਣਿਆ ਰਹੇ ਵੀ ਮੈਂ ਪਾਰ ਕਰ ਜੂ ਕਰ ਜਾਂਦਾ, ਜਦ ਕੰਫੀਡੈਂਸ ਟੁੱਟ ਗਿਆ ਅੰਦਰ ਲਈ ਤਾਕਤ ਜਵਾਬ ਦੇ ਦਿੰਦੀ। ਬਸ ਕੰਫੀਡੈਂਸ ਹੈ ਨਾਨਕ ਨੂੰ, ਕੰਫੀਡੈਂਸ ਉਹਨਾਂ ਨੂੰ ਕੰਫੀਡੈਂਸ ਹੈ, ਉਹਨਾਂ ਨੂੰ ਭਰੋਸਾ ਹੈ। ਭਰੋਸਾ ਵੀ ਹੈ, ਕੰਫੀਡੈਂਸ ਹੈ, ਉਹਨੂੰ ਭਰੋਸਾ ਹੈ, ਉਹਨੂੰ ਭਰੋਸਾ ਹੈ ਨਹੀਂ। ਪਾਣੀ ਦਾ ਮਨ ਨਹੀਂ ਸੀ ਬਦਲਦਾ, ਰੋਟੀ ਖਾ ਕੇ ਤਾਂ ਖਾਵੇ ਚਾਰ ਦਿਨ ਦੀ ਆਦਮੀ ਮਰਦਾ, ਕੀ ਹੋਜੂ ਆਦਮੀ ਰੋਟੀ ਨਾ ਮਿਲੂਗੀ ਚਾਰ ਦਿਨ, ਫਿਰ ਕੀ ਹੋਜੂ, ਲੋਕ ਭੁੱਖਣ ਦਾਲ ਨਹੀਂ ਰਹੇ, ਕਿੰਨੇ ਕਿੰਨੇ ਦਿਨ ਪੈ ਰਹੇ ਤੇ ਕੀ ਹੋ ਗਿਆ। ਫਿਰ ਭਰੋਸਾ ਨਹੀਂ ਹੈ, ਕੰਫੀਡੈਂਸ ਨਹੀਂ ਹੈ, ਵਿਆਕੁਲ ਹੋ ਜਾਂਦੇ ਨੇ, ਜਵਾਬ ਦੇ ਜਾਂਦੀ ਹੈ ਹਿੰਮਤ, ਹੈ ਮਰ ਕੇ ਰੋਟੀ ਨਹੀਂ ਮਿਲੀ ਟਾਈਮ 'ਤੇ। ਜਿਹਨੂੰ ਕੰਫੀਡੈਂਸ ਉਹਨੂੰ ਕੁਝ ਵੀ ਨਹੀਂ ਹੁੰਦਾ, ਭਰੋਸਾ ਨਹੀਂ। ਵੱਡੀ ਗੱਲ ਭਰੋਸਾ, ਭਰੋਸਾ ਸਭ ਤੋਂ ਵੱਡੀ ਐਨਰਜੀ ਹੈ ਜੀਵਨ ਵਾਸਤੇ। ਭਰੋਸਾ ਸੱਚ ਜੀਵਨ ਵਾਸਤੇ, ਭਰੋਸੇ ਤੋਂ ਬਿਨਾਂ ਜੀਵਨ ਨਹੀਂ ਰਹਿ ਸਕਦਾ ਸੱਚ ਕਦੇ ਵੀ। ਸ਼ਰਧਾ ਨੂੰ ਜਗ੍ਹਾ ਹੀ ਨਹੀਂ ਹੈ ਕਿਤੇ, ਸ਼ਰਧਾ ਤਾਂ ਲਾਲਚ ਦਾ ਦੂਆ ਨਾਮ ਹੈ, ਸ਼ਰਧਾ ਤਾਂ ਲੋਭੀਆਂ 'ਚ ਹੁੰਦਾ, ਸ਼ਰਧਾ ਤਾਂ ਹਰੇਕ ਕਰ ਲੈਂਦਾ, ਭਰੋਸਾ ਨਹੀਂ ਕਰਦਾ। ਲੋਭੀ ਭਰੋਸਾ ਕਦੇ ਨਹੀਂ ਕਰੂ, ਸ਼ਰਧਾ ਕਰ ਲੈਂਦਾ। ਧਰਮ ਦੇ ਲੋਕ ਸ਼ਰਧਾ ਕਰਦੇ ਨੇ, ਭਰੋਸਾ ਨਹੀਂ ਕਰਦੇ। ਸ਼ਰਧਾ ਸਾਰੇ ਸਿੱਖਾਂ ਨੂੰ ਗੁਰਦੁਆਰੇ 'ਤੇ, ਭਰੋਸਾ ਕਿੱਥੇ ਰੂੜੀਏ ਬਾਣੀ 'ਤੇ। ਗੁਰੂ 'ਤੇ ਸ਼ਰਧਾ ਸਾਰਿਆਂ ਨੂੰ, ਜਵਾਕ ਨੂੰ ਸ਼ਰਧਾ ਵੀ ਮੈਂ ਪਾਸ ਹੋ ਜੂਗਾ, ਮੇਰਾ ਪਰਚਾ ਵਧੀਆ ਹੋ ਜੂਗਾ ਜੇ ਮੈਂ ਗੁਰਦੁਆਰੇ ਮੱਥਾ ਟੇਕ ਕੇ ਜਾਊਂਗਾ। ਗੁਰਬਾਣੀ ਬਾਰੇ ਚਾਹੇ ਕੋਈ ਗੱਲ ਨਹੀਂ, ਮਾਂ ਨਾਲ ਲੈ ਕੇ ਜਾਂਦੀ ਹੈ ਮੱਥਾ ਟਿਕਾਉਣ, ਉਹਨੂੰ ਇਹ ਹੈ ਵੀ ਮੇਰਾ ਬੱਚਾ ਦਾ ਪਰਚਾ ਵਧੀਆ ਹੋਊਗਾ। ਸ਼ਰਧਾ, ਸ਼ਰਧਾ ਦੇ ਵਿੱਚ ਲਾਲਚ ਹੈ। ਸ਼ਰਧਾ ਸਾਰਿਆਂ ਨੂੰ ਹੋ ਜਾਂਦੀ ਹੈ, ਭਰੋਸਾ ਬਿਰਲੇ ਨੂੰ। ਇਸ ਕਰਕੇ ਗੁਰੂ ਘਰ ਨੇ ਭਰੋਸੇ ਨੂੰ ਜਗ੍ਹਾ ਦਿੱਤੀ ਹੈ, ਸ਼ਰਧਾ ਵਾਸਤੇ ਕੋਈ ਜਗ੍ਹਾ ਨਹੀਂ। ਸ਼ਰਧਾ ਵਾਸਤੇ, ਸ਼ਰਧਾ ਵਾਲੇ ਸਭ ਲੋਭੀ ਨੇ,
ਉਹ ਕਹਿੰਦੇ ਸ਼ਰਧਾ ਵਾਲੇ ਦਾ ਲੋਭੀ ਕਹੋ ਵਸਾਰ ਕੀ ਜੈ ਜੇਕਰ ਪਾਰ ਵਸਾਏ ਇਹਦਾ ਭਰੋਸਾ ਨਾ ਵਸਾ ਨਾ ਕਰਿਓ ਵੀ ਇਹ ਸਿੱਖ ਬਣ ਜੂ ਇਹਨੇ ਸਿੱਖ ਨਹੀਂ ਬਣ ਲਓ ਇਹਦਾ ਅੱਜ ਇਹਦਾ ਇੱਥੇ ਕੰਮ ਨਾ ਪੂਰਾ ਹੋਇਆ ਦਸ ਕੰਮ ਪੂਰਾ ਹੋ ਗਏ ਗਿਆਰਵਾਂ ਨਾ ਪੂਰਾ ਹੋਇਆ ਜਦੋਂ ਇਹਨੇ ਬਦਲ ਜਾਣੇ ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵਿਖੋੜ ਗਵਾਵੇ ਬਹੁਤ ਭਰੋਸੇ ਟੁੱਟੇ ਇੱਕ ਦੀ ਉਹਦੀ ਸੁੱਖ ਪੂਰੀ ਹੋਈ ਉੱਥੇ ਖੋਟ ਆ ਗਈ ਵਿਖੋੜ ਗਵਾਵੇ ਉਹ ਛੱਡ ਪਰੇ ਕਹਿੰਦੇ ਰੱਬ ਰੱਬ ਕੀ ਹੈ ਜੀ ਉਹ ਤਾਂ ਸਾਨੂੰ ਮਿਲ ਗਈਆਂ ਤੀਆਂ ਮਿਲ ਗਈਆਂ ਦੱਸ ਸਵਾਦ ਤਾਂ ਸੀ ਨਾ ਵੀ ਦਿੰਦਾ ਰੱਬ ਨੂੰ ਤਾਂ ਤਾਂ ਬਣੀ ਹਰੇਕ ਕੰਮ ਪੂਰਾ ਕਰੇ ਸਾਡਾ ਲੈ ਖੜ ਗਿਆ ਦੂਏ ਪਾਸੇ ਪਰ ਉਹ ਕਹਿੰਦੇ ਇੱਕ ਵੀ ਨਾ ਦੇ ਚਲੋ ਯਾਰ ਵੀ ਤਾਂ ਦਿੰਦਾ ਨਹੀਂ ਹੋ ਦਸ ਵੀ ਹੱਲ ਹੈ ਦਸ ਵੀ ਖੋਲ੍ਹ ਮੈਂ ਬਾਅਦ 'ਚ ਤਾਂ ਬੂੜਾ ਕਿਆ ਕਾਹ ਕਰੇ ਬੂੜਾ ਕਹੋ ਕਾਹ ਕਰੇ ਇਹ ਕੀ ਕਰੂੰਗਾ ਮੂਰਖ ਜੇ ਦਸ ਵੀ ਖੋਲ੍ਹ ਮੈਂ ਉਹ ਦੇ ਸਕਦਾ ਤਾਂ ਖੋ ਵੀ ਸਕਦਾ ਪਰ ਸ਼ਰਧਾ ਵਾਲੇ ਔਰ ਭਰੋਸੇ ਵਾਲਿਆਂ ਦਾ ਫਰਕ ਹੈ ਗੁਰਬਾਣੀ 'ਚ ਸ਼ਰਧਾ ਵਾਸਤੇ ਕੋਈ ਜਗ੍ਹਾ ਨਹੀਂ ਪਰ ਸ਼ਰਧਾ ਦਾ ਪ੍ਰਚਾਰ ਕਿਉਂ ਹੈ ਗੋਲਕ ਵਾਲੇ ਸ਼ਰਧਾ ਦਾ ਪ੍ਰਚਾਰ ਕਰਦੇ ਨੇ ਗੁਰੂ ਵਾਲੇ ਭਰੋਸੇ ਦਾ ਪ੍ਰਚਾਰ ਕਰਦੇ ਨੇ ਜਿਹੜੇ ਗੁਰੂ ਵਾਲੇ ਨੇ ਜਿਨ੍ਹਾਂ ਨੇ ਗੁਰੂ ਵਾਲੇ ਬਣਾਉਣੇ ਨੇ ਜਾਂ ਬਣਨੇ ਉਹਨਾਂ ਵਾਸਤੇ ਭਰੋਸਾ ਹੈ ਜਿਹੜੇ ਗੋਲਕ ਵਾਲੇ ਨੇ ਉਹਨਾਂ ਵਾਸਤੇ ਸ਼ਰਧਾ ਇੱਥੋਂ ਦੋ ਕੈਟਾਗਰੀਆਂ ਹੋ ਗਈਆਂ ਸਿੱਖਾਂ ਦੀ ਇੱਕ ਮਤਲਬੀ ਸਿੱਖ ਨੇ ਸ਼ਰਧਾ ਰੋਲ ਉਹ ਸਰਸੇ ਵਾਲੇ ਦੇ ਵੀ ਚਲੇ ਜਾਣਗੇ ਬਣ ਜਾਣਗੇ ਰਾਧਾ ਸਵਾਮੀ ਵੀ ਬਣ ਜਾਣਗੇ ਜਿੱਥੋਂ ਉਹਨਾਂ ਦਾ ਉੱਲੂ ਸਿੱਧਾ ਹੋਊ ਉੱਥੇ ਚਲੇ ਜਾਣਗੇ ਕਿਸੇ ਮੁੰਡੇ ਦੀ ਨੌਕਰੀ ਦਵਾਤੀ ਰਾਧਾ ਸਵਾਮੀ ਹੋ ਜਾਓ ਕਹਿੰਦੇ ਕੋਈ ਨਹੀਂ ਰਾਧਾ ਸਵਾਮੀ ਹੋ ਜਾਂਦੇ ਰਿਸ਼ਤਾ ਕਰਾ ਤਾਂ ਨਿਰੰਕਾਰੀ ਬਣ ਜਾਣਗੇ ਤੇਰੇ ਮੁੰਡੇ ਨੂੰ ਰਿਸ਼ਤਾ ਕਰਾ ਦਿੰਦਾ ਤੂੰ ਨਿਰੰਕਾਰੀ ਬਣ ਜਾ ਬਣ ਜਾਣਗੇ ਕੀ ਫਰਕ ਪੈਂਦਾ ਇਹ ਸਿੱਖ ਨੇ ਇਹ ਸਿੱਖੀ ਹੈ ਇਹ ਸ਼ਰਧਾਵਾਨ ਜਿਹੜੇ ਸਿੱਖ ਨੇ ਇਹੋ ਜਿਹੇ ਹੁੰਦੇ ਨੇ ਜਿਹੋ ਜਿਹੀ ਅਸੀਂ ਸਿੱਖੀ ਪੈਦਾ ਕੀਤੀ ਹੈ ਉਹੋ ਜਿਹਾ ਸਾਹਮਣੇ ਰਿਜ਼ਲਟ ਹੈ ਉਹੋ ਜਿਹਾ ਸਿੱਖ ਨੇ ਜਿੱਥੋਂ ਇਹਨਾਂ ਦਾ ਉੱਲੂ ਸਿੱਧਾ ਹੁੰਦਾ ਕਰ ਲੈਂਦੇ ਨੇ ਜਿੱਥੋਂ ਮਤਲਬ ਪੂਰਾ ਕਬਰ 'ਤੇ ਇਹ ਚਲੇ ਜਾਣ ਪੀਰ 'ਤੇ ਇਹ ਚਲੇ ਜਾਣ ਬੜੀਆਂ ਵਸੋਣਾਂ 'ਤੇ ਇਹ ਚੱਲਣ ਜਿੱਥੇ ਮਰਜ਼ੀ ਲੈ ਜਾਓ ਉਹਨਾਂ ਨੂੰ ਲਾਲਚ ਚਾਹੀਦਾ ਲਾਲੇ ਦਾ ਹੀ ਪ੍ਰਚਾਰ ਗੁਰਦੁਆਰੇ 'ਚ ਕੀਤਾ ਸੀ ਲਾਲੇ ਦੀ ਅਰਦਾਸ ਕੀਤੀ ਹੈ ਅਸੀਂ ਸ਼ਰਧਾਵਾਨ ਸਿੱਖ ਬਣਾਏ ਨੇ ਸਿੱਖੀ ਦਾ ਭਰੋਸਾ ਤੋੜਿਆ ਗੁਰੂ ਤੋਂ ਸ਼ਰਧਾਵਾਨ ਸਿੱਖ ਬਣਾਉਣ ਦਾ ਮਤਲਬ ਗੁਰਬਾਣੀ ਨਾਲੋਂ ਭਰੋਸਾ ਤੋੜਨ 'ਤੇ ਸਵਾਹ ਹੋਰ ਕੁਛ ਨਹੀਂ ਗੁਰੂ ਨੂੰ ਤੋੜ 'ਤੇ ਗੁਰੂ ਵਾਲੇ ਬਣਾ ਰਹੇ ਨੇ ਇਹ ਗੁਰੂ ਨੂੰ ਤੋੜ ਰਹੇ ਨੇ ਸ਼ਰਧਾ ਤਾਂ ਤੋੜਨ ਵਾਲੀ ਚੀਜ਼ ਹੈ ਉਹ ਦਸ ਵਸਤੂ ਦਾ ਪਾਛੇ ਪਾਵਾ ਉਹ ਸ਼ਰਧਾਵਾਨ ਦੀ ਉਹ ਗੱਲ ਕੀਤੀ ਸੀ ਔਰ ਕਿਹਦੀ ਕੀਤੀ ਸੀ ਪਰ ਇਹਨਾਂ ਨੇ ਗੁਰਬਾਣੀ 'ਤੇ ਕੀ ਲੈਣਾ ਇਹਨਾਂ ਨੂੰ ਗੋਲਕ ਦਾ ਹੀ ਮਤਲਬ ਹੈ ਗੋਲਕ ਤੋਂ ਗਾਹਾਂ ਇਹਨਾਂ ਨੇ ਲੈਣਾ ਕੀ ਹੈ ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪਰਥਾਏ ਨਾਨਕ ਪ੍ਰੀਤਮ ਰਸ ਮਿਲੇ ਪ੍ਰੀਤਮ ਦਾ ਰਸ ਮਿਲੇ ਪ੍ਰੀਤਮ ਰਸ ਪ੍ਰੀਤਮ ਰਸ ਮਿਲੇ ਪ੍ਰੇਮ ਰਸ ਪ੍ਰੀਤਮ ਰਸ ਹੁੰਦਾ ਪ੍ਰੀਤਮ ਰਸ ਪਰਮੇਸ਼ਰ ਦਾ ਰਸ ਵੀ ਹੈ ਪ੍ਰੀਤਮ ਰਸ ਜਿਹੜਾ ਹੁੰਦਾ ਉਹ ਸਾਰੇ ਸੰਸਾਰ ਦਾ ਹੀ ਰਸ ਹੈ ਸੱਚ ਦਾ ਰਸ ਹੈ ਉਹ ਸੱਚ ਸਾਰਿਆਂ ਦੇ ਵਿੱਚ ਹੀ ਹੈ ਆਤਮ ਰਸ ਜਿਹੜਾ ਹੁੰਦਾ ਟੋਟਲ ਆਤਮਾ ਦੇ ਵਿੱਚ ਹੀ ਆ ਜਾਂਦੀ ਚਾਹੇ ਸੰਸਾਰ 'ਚ ਆਤਮਾ ਹੈ ਚਾਹੇ ਨਿਰਾਕਾਰ 'ਚ ਆਤਮਾ ਆਤਮ ਰਸ ਹੈ ਉਹ ਆਤਮ ਰਸ ਹੀ ਸਾਰਿਆਂ ਨਾਲ ਪ੍ਰੇਮ ਪੈਦਾ ਕਰਦਾ ਉਹ ਆਤਮ ਰਸ ਹੀ ਪ੍ਰੇਮ ਪੈਦਾ ਕਰਦਾ ਸਾਰਿਆਂ ਨਾਲ ਉਹ ਆਤਮ ਰਸ ਤੋਂ ਹੀ ਬੈਰੀ ਬਗਾਨਾ ਜਿਹੜਾ ਹੈ ਖਤਮ ਕਰਦਾ
ਹਰ ਜਗ੍ਹਾ ਤੇ ਰਸ ਹੈ, ਮਾਤਮ ਰਸ ਹੈ। ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ, ਅੱਗੇ ਜਾਤ ਅੱਗੇ ਤਾਂ ਸਰੀਰ ਹੈ ਨਹੀਂ। ਜਦ ਅੱਗੇ ਸਰੀਰ ਹੈ ਨਹੀਂ, ਇਹਦੇ ਵਿੱਚ ਗੁਰਬਾਣੀ ਸਰੀਰ ਦੇ ਅਰਥ ਕਿਵੇਂ ਆ ਗਏ? ਤਾਂ ਅੱਗੋਂ ਆਈ ਹੋਈ ਬਾਣੀ ਹੈ, ਅੱਗੇ ਸਰੀਰ ਹੈ ਨਹੀਂ ਹੈ। ਫਿਰ ਤੁਸੀਂ ਇਹਦੇ 'ਚ ਨੇਤਰਾਂ ਦੇ ਅੱਖ, ਨੇਤਰਾਂ ਦੇ ਅਰਥ ਅੱਖਾਂ ਕਿਵੇਂ ਕਰ ਲਈਆਂ? ਸਰਵਣਾਂ ਦੇ ਅਰਥ ਕੰਨ ਕਿਵੇਂ ਕਰ ਲਏ? ਅੱਗੇ ਤਾਂ ਸਰੀਰ ਹੈ ਨਹੀਂ, ਜਾਤ ਹੈ ਨਹੀਂ, ਬਾਣੀ ਜਿੱਥੋਂ ਆਈ ਹੈ ਉੱਥੇ ਤਾਂ ਹੈ ਹੀ ਨਹੀਂ ਇਹ ਚੀਜ਼ਾਂ। ਸਿੱਤਾਂ ਮਾਰਾਂ ਦੇ ਉੱਥੇ ਅਰਥ ਕਿਵੇਂ ਕਰ ਲਏ? ਸਿੱਤਾਂ ਮਾਰਾਂ ਦਾ ਇੱਥੇ ਨੇ ਚੰਦ, ਸੂਰਜ ਇੱਥੇ ਨੇ, ਉੱਥੇ ਸੂਰਜ ਨਾ ਚੰਦ। ਉੱਥੇ ਰੁੱਤਾਂ ਦੇ ਅਰਥ ਕਿਵੇਂ ਕਰ ਲਏ? ਉਹਦਾ ਸਾਰਾ ਬਰਮ ਗਿਆਨ। ਰੁੱਤਾਂ ਦੇ ਤਾਂ ਐਵੇਂ ਨਾਂ ਲਏ ਹੋਏ ਨੇ, ਮਹੀਨਿਆਂ ਦੇ ਤਾਂ ਨਾਂ ਲਏ ਹੋਏ ਨੇ, ਬਈ ਮਹੀਨਿਆਂ ਦੇ ਨਾਂ ਲੈ ਕੇ ਵੀ ਉਹਨਾਂ ਨੇ ਬ੍ਰਹਮ ਗਿਆਨ ਲਿਖ ਦਿੱਤਾ। ਮੀਡੀਆ ਨੇ ਨਾਂ ਲੈ ਕੇ ਵੀ ਬ੍ਰਹਮ ਗਿਆਨ ਬਣਾ ਕੇ ਰੱਖ ਦਿੱਤਾ। ਬਾਰਾਂ ਦੇ ਨਾਂ ਲੈ ਕੇ ਵੀ ਬ੍ਰਹਮ ਗਿਆਨ ਲਿਖ ਦਿੱਤਾ। ਉਹਨਾਂ ਦੀ ਮਾਸਟਰੀ ਹੈ ਵਿਵੇਕ ਬੁੱਧੀ ਦੀ, ਵਿਵੇਕ ਬੁੱਧੀ ਦੀ ਮਾਸਟਰੀ ਦਿਖਾਈ ਹੈ। ਜੋ ਬੋਲਾਂਗੇ ਬ੍ਰਹਮ ਗਿਆਨ ਬੋਲਾਂ, ਆਤਮ ਗਿਆਨ ਦੀ ਗੱਲ ਕਰਾਂਗੇ। ਸ਼ੁਰੂ ਕਿਤੋਂ ਕਰ ਲਈਏ? ਭੱਬੇ ਤੋਂ ਕਰ ਲਈਏ, ਬੱਬੇ ਤੋਂ ਕਰ ਲਈਏ, ਚੱਚੇ ਤੋਂ ਕਰ ਲਈਏ, ਅਣਾਣੇ ਤੋਂ ਕਰ ਲਈਏ? ਅਖਰੀ ਦੇ ਵਿੱਚ ਕੀ ਕੀਤਾ ਹੋਇਆ? ਬਾਵਨ ਅਖਰੀ ਊੜੇ ਤੋਂ ਕਰ ਲਈਏ, ਈੜੀ ਤੋਂ ਕਰ ਲਈਏ, ਆੜੇ ਤੋਂ ਕਰ ਲਈਏ, ਕਰਾਂਗੇ ਬ੍ਰਹਮ ਗਿਆਨ ਦੀ ਗੱਲ। ਇਹ ਕਰਕੇ ਦਿਖਾਈ ਹੈ, ਮਾਸਟਰੀ ਹੈ ਇਹ ਸਿਰਫ। ਇਹਨਾਂ ਨੂੰ ਵਿਦਵਾਨਾਂ ਨੂੰ ਦੱਸਿਆ ਵੀ ਆਹ ਵੀ ਵਿਵੇਕ ਬੁੱਧੀ ਕਰ ਸਕਦੇ ਤੁਸੀਂ ਆਪਣੇ ਆਪ ਨੂੰ, ਕਿਤੇ ਵੀ ਬਹੁਤ ਬੜੇ ਕਲਾਕਾਰ ਨੂੰ ਮੰਨ ਲਿਓ। ਜਿਹੜੇ ਸ਼ਾਇਰ ਹੁੰਦੇ ਨੇ ਨਾ, ਇਹ ਬਹੁਤ ਅਵਕਾਰੀ ਹੁੰਦੇ ਨੇ, ਇਹਨਾਂ ਦੇ ਉੱਤੇ ਦੀ ਲੱਤ ਫੇਰੀ ਹੈ ਤਾਂ ਸਾਰਿਆਂ ਦੇ, ਸਾਰਿਆਂ ਦੇ ਉੱਤੇ ਦੀ ਲੱਤ ਫੇਰੀ ਹੈ ਇਹ ਲਿਖ ਕੇ ਕਵਿਤਾ। ਬ੍ਰਹਮ ਗਿਆਨ ਦਾ ਬ੍ਰਹਮ ਗਿਆਨ ਹੈ, ਸ਼ੁਰੂ ਕਿਤੋਂ ਵੀ ਗੱਲ ਉਹ ਬ੍ਰਹਮ ਗਿਆਨ ਹੀ ਹੋਊਗਾ। ਲੋਕ ਕਹੇ ਗੀਤ ਹੈ ਤਾਂ ਬ੍ਰਹਮ ਵਿਚਾਰ ਸੀ, ਬ੍ਰਹਮ ਵਿਚਾਰ ਪੜਾ ਤੇ ਤੁਸੀਂ ਗੀਤ, ਅੱਗੇ ਤਾਂ ਹੁੰਦੀ ਉਹਦੀ ਯਾਦ। ਉੱਥੇ ਮਹੀਨੇ ਕਿੱਥੋਂ ਆ ਗਏ? ਉੱਥੇ ਜਿੱਥੇ ਚੰਦ ਸੂਰਜ ਉੱਥੇ ਮਹੀਨੇ ਹੁੰਦੇ ਨੇ। ਲਾਹਾ ਲੈ ਪ੍ਰਥਾਏ ਨਾਨਕ ਪ੍ਰੀਤਮ ਰਸ ਮਿਲੈ, ਲਾਹਾ ਲੈ ਪ੍ਰਥਾਏ। ਬਸ ਇਹੀ ਲਾਹਾ ਹੈ, ਪ੍ਰੀਤਮ ਰਸ ਜਿਹੜਾ ਹੈਗਾ, ਨਾਮ ਦਾ ਰਸ ਹੈ ਇਹ, ਇਹੀ ਲਾਹਾ। ਇਹ ਲਾਹੇ ਦੇ ਪ੍ਰਥਾਏ ਹੀ, ਇਹ ਲਾਹੇ ਕਾਰਨ ਹੀ ਸਾਡਾ ਜਨਮ ਹੋਇਆ। ਇਹ ਲਾਹੇ ਵਾਸਤੇ ਹੀ ਆਇਆ, ਲਾਹੇ ਕਾਰਨ ਆਇਆ ਜਗ। ਇਹ ਲਾਹੇ ਪ੍ਰਥਾਏ ਜਨਮ ਲਿਆ। ਜੇ ਲਾਹਾ ਲੈ ਲਿਆ ਜਿਹਨੇ, ਉਹਦਾ ਜਨਮ ਸਿਵਰ ਗਿਆ, ਸਕਾਰਤ ਹੋ ਗਿਆ। ਜੇ ਲਾਹਾ ਨਾ ਲਿਆ ਤਾਂ ਜਨਮ ਅਕਾਰਤ ਚਲਿਆ ਗਿਆ, ਅਕਾਰਤ ਚਲਿਆ ਗਿਆ। ਜਿੰਨਾ ਚਿਰ ਲਾਹਾ ਨਹੀਂ ਲੈਂਦਾ ਜਨਮ, ਉਨਾ ਚਿਰ ਅਕਾਰਤ ਜਾਈ ਜਾਣਗੇ, ਵਿਅਰਥ ਜਾਈ ਜਾਣਗੇ ਜਨਮ, ਵਿਅਰਥ ਜਾਈ ਜਾਣਗੇ। ਰਚਨਾ ਰਾਚ ਜਿਹਨੀ ਰਚੀ, ਜਿਹਨੀ ਸਿਰਿਆ ਆਕਾਰ। ਰਚਨਾ ਰਾਚ ਜਿਨ ਰਚੀ, ਦੇਖੋ ਦੋ ਆ ਗਏ ਹੁਣ ਇਹਦੇ 'ਚ, ਇੱਕ ਦੇ ਦੋ ਹਿੱਸੇ ਆ ਗਏ। ਰਚਨਾ ਰਾਚ ਆ ਜਿਹੜੀ ਰਚਨ, ਅੱਧਾ ਤਾਂ ਉਹਦੇ ਵਿੱਚ ਆਪ ਰਚਿਆ, ਰਾਚ ਰਚ ਕੇ ਜਿਨ ਰਚੀ, ਦੂਏ ਨੇ ਰਚੀ ਹੈ। ਜਿਹੜਾ ਆਪ ਨਹੀਂ ਰਚਿਆ ਉਹ ਰਚਣਹਾਰ ਨਹੀਂ, ਉਹ ਸਿਰਜਣਹਾਰ ਹੈ, ਉਹ ਰਚਾਉਣ ਵਾਲਾ ਹੈ। ਅੱਧਾ ਰਚਣ ਵਾਲਾ ਹੈ ਅਤੇ ਅੱਧਾ ਰਚਾਉਣ ਵਾਲਾ ਹੈ, ਇਹ ਇੱਕ ਤੇ ਹੀ ਹੈ ਗੱਲ। ਇਸੇ 'ਤੇ ਜਿਹੜਾ ਸੰਸਾਰ ਜਾਂ ਜੀਵ ਇਸੇ ਨੇ ਰਚਨਾ ਰਚਿਆ ਹੋਇਆ ਵੀ ਇਹ, ਰਚਾਉਣ ਵਾਲਾ ਵੀ ਇਹ। ਰਾਜ ਜਿਨ ਰਚੀ ਜੀ ਸਿਰਿਆ, ਪਰਮੇਸ਼ਰ ਦਾਤਾ ਨੂੰ ਹੁਕਮ ਹੋਇਆ ਵੀ ਤੈਨੂੰ ਇੰਨੀ ਪਾਵਰ ਦੇ ਦਿੱਤੀ ਹੈ, ਇੰਨੇ ਚਿਰ ਵਾਸਤੇ ਤੂੰ ਇਹ ਕੰਮ ਕਰ ਸਕਦਾ, ਸ਼ਕਤੀ ਉੱਥੋਂ ਮਿਲੀ ਹੈ ਕਰਨ ਦੀ। ਦੇਖੋ ਇਹ ਕਰਨ ਦੀ, ਰਚਨਾ ਰਚਣ ਦੀ ਜਾਂ ਰਚਾਉਣ ਦੀ ਸ਼ਕਤੀ ਸ਼ਕਤੀ ਮਿਲੀ ਹੈ ਉੱਥੋਂ, ਤਾਂ ਵੀ ਤੈਨੂੰ ਇੰਨਾ ਚਿਰ ਵਾਸਤੇ ਕਰਾਮਾਤ ਤੈਨੂੰ ਦੇ ਦਿੱਤੀ, ਸ਼ਕਤੀ ਦੇ ਦਿੱਤੀ, ਵਰਤ ਲੈ।
ਉਹ ਟਾਈਮ ਬਾਉਂਡ ਸ਼ਕਤੀ ਮਿਲੀ ਹੈ ਇਹਨੂੰ, ਉਹ ਵਰਤ ਰਿਹਾ ਉਹਨਾਂ ਚਿਰ ਵਾਸਤੇ। ਜਦ ਇਹਦਾ ਟਾਈਮ ਪੂਰਾ ਹੋ ਜਾਣਾ ਸਵਿੱਚ ਔਫ ਹੋ ਜਾਣੀ ਆਪੇ, ਆਟੋਮੈਟਿਕ ਸਵਿੱਚ ਔਫ ਹੋ ਜਾਣੀ। ਜਦ ਟਾਈਮ ਖਤਮ ਹੋਇਆ ਉਹ ਤਾਂ ਆਟੋਮੈਟਿਕ ਹੈ, ਆਪੇ ਉਹਨੇ ਔਫ ਹੋ ਜਾਣਾ। ਬਸ ਸ਼ਕਤੀ ਖਤਮ ਹੋ ਜਾਣੀ, ਸਾਹ ਲੈਣਾ ਬੰਦ ਹੋ ਜਾਣਾ, ਚੰਗਾ ਭਲਾ ਹੀ ਕਹਿੰਦਾ ਬੈਠਾ ਬੈਠਾ ਹੀ ਬਸ ਹੋ ਗਿਆ। ਉਹ ਬਿਮਾਰ ਹੋਣਾ ਜ਼ਰੂਰੀ ਗੱਲ ਹੈ, ਸੁੱਤਾ ਪਿਆ ਪਿਆ ਹੀ ਰਹਿ ਗਿਆ ਬਸ, ਉਹ ਟਾਈਮ ਖਤਮ ਹੋ ਗਿਆ। ਰਚਨਾ ਰਾਚ, ਰਚਨਾ ਦੇ ਵਿੱਚ ਆਪ ਰਚ ਕੇ ਜਿਨ ਰਚੀ, ਰਚਣ ਵਾਲਾ ਹੋਰ ਹੈ ਜਿਹਨੇ ਆਪਣੀ ਜੋਤ ਇਹਦੇ 'ਚ ਰਚਾਈ ਸਰੀਰ 'ਚ, ਆਪ ਰਚਾਈ ਹੈ ਜੋਤ ਰਚੀ ਹੈ, ਜੋਤ ਰਚੀ ਹੈ ਜਿਹਦੀ ਜੋਤ ਹੈ ਉਹਨੇ ਰਚਾਈ ਹੈ। ਜਿਨੀ ਸਿਰਿਆ ਆਕਾਰ, ਜਿਵੇਂ ਨਿਗਾਹ ਟਿੱਕੀ ਹੋਈ ਹੈ ਕਿਸੇ ਚੀਜ਼ 'ਤੇ, ਟਿਕਾਉਣ ਵਾਲਾ ਕੌਣ ਹੈ? ਪਿੱਛੇ ਟਿਕਾਉਣ ਵਾਲਾ ਟਿੱਕੀ ਹੋਈ ਕੀ ਹੈ? ਨਿਗਾਹ। ਟਿਕਾਉਣ ਵਾਲਾ ਕੌਣ ਹੈ? ਜਿਹਦੀ ਨਿਗਾਹ ਉਹ ਕੌਣ? ਉਹ ਵੀ ਤਾਂ ਹੈ ਕੋਈ, ਬਸ ਇਹੋ ਜਿਹੀ ਗੱਲ ਹੈ। ਉਹਦੀ ਦ੍ਰਿਸ਼ਟੀ ਹੋਈ ਹੈ ਸਰੀਰ 'ਚ ਰਚੀ ਹੋਈ, ਜੋਤ ਉਹਦੀ ਦ੍ਰਿਸ਼ਟੀ ਉਹ ਰਚੀ ਹੋਈ ਸਰੀਰ 'ਚ। ਆਪ ਨਹੀਂ ਰਚਿਆ ਹੋਇਆ, ਆਪ ਨਹੀਂ ਰਚਿਆ ਹੋਇਆ। ਧਿਆਨ ਉੱਥੇ ਆ, ਆਪ ਉੱਥੇ ਨਹੀਂ ਹੈ, ਆਪ ਇੱਥੇ ਆ ਧਿਆਨ ਉੱਥੇ, ਬਸ ਇੰਨਾ ਫਰਕ ਹੈ। ਧਿਆਨ ਸਰੀਰ 'ਚ ਹੈ ਉਹਦਾ, ਆਪ ਸਰੀਰ ਤੋਂ ਵੱਖ ਹੈ। ਆਪ ਹਿਰਦੇ 'ਚ ਸਰੀਰ 'ਤੇ ਧਿਆਨ ਹੈ, ਤ੍ਰਿਕੁੜੀ ਧਿਆਨ ਹੈ, ਤ੍ਰਿਕੁੜੀ ਧਿਆਨ ਹੈ ਤਾਂ ਸਰੀਰ ਧਿਆਨ ਹੈ, ਪਰ ਤ੍ਰਿਕੁੜੀ ਜੋ ਧਿਆਨ ਹੈ ਉਹਨੇ ਖਿੱਚਣਾ ਆਪਣਾ ਧਿਆਨ, ਤ੍ਰਿਕੁੜੀ ਜੋ ਖਿੱਚ ਕੇ ਅੰਤਰ ਧਿਆਨ ਹੋਣਾ। ਜੋਤ ਕੀ ਹੈ ਹੁਣ? ਜੋਤ ਸਮਝ ਲਈ ਆਪਾਂ ਨੇ, ਮਨ ਕੀ ਹੈ? ਉਹਦਾ ਧਿਆਨ ਹੈ ਮਨ ਜਿਹੜਾ ਬੈਠਾ ਉੱਧਰ, ਜਿਹੜਾ ਸਾਹ ਲੈ ਰਿਹਾ ਉਹਦਾ ਧਿਆਨ ਹੈ ਜਿਹੜਾ, ਉਹੀ ਮਨ ਹੈ। ਧਿਆਨ ਮਾਨ ਮਨ, ਉਹਦਾ ਧਿਆਨ ਜਿਹਨਾਂ ਚਿਰ ਤ੍ਰਿਕੁੜੀ 'ਚ ਹੈ ਉਹਨਾਂ ਚਿਰ ਸੰਸਾਰ 'ਚ ਹੈ। ਕੰਨੇ ਧਿਆਨ ਹੈ ਕੋਈ ਸੁਣ ਰਿਹਾ, ਅੱਖ ਧਿਆਨ ਹੈ ਕੋਈ ਦੇਖ ਰਿਹਾ, ਖਾਣ ਵੇਲੇ ਜੇ ਧਿਆਨ ਹੈ ਤਾਂ ਉਹ ਟੇਸਟ ਦਾ ਉਹ ਲੈ ਰਿਹਾ, ਨੱਕ ਦਾ ਧਿਆਨ ਹੈ, ਨੱਕ ਦੇ ਵਿੱਚ ਖੁਸ਼ਬੂ ਲੈ ਰਿਹਾ। ਨੱਕ ਦੀ ਕੀ ਲੋੜ ਪਈ ਸੀ ਸਾਨੂੰ? ਨੱਕ ਨੂੰ ਲੋੜ ਅਨੁਸਾਰ ਵਰਤਣਾ ਸੀ ਅਸੀਂ। ਕਈ ਜਗ੍ਹਾ ਸਾਨੂੰ ਸਮੈਲ ਲੈਣ ਦੀ ਲੋੜ ਹੈ, ਜੇ ਉਹ ਚੀਜ਼ ਅਸੀਂ ਖਾ ਲਈਏ ਸਾਨੂੰ ਨੁਕਸਾਨ ਹੋ ਜਾਂਦਾ, ਸਮੈਲ ਦੱਸ ਦਿੰਦੀ ਹੋਵੇ ਨਹੀਂ ਖਾਣੀ, ਬਸ ਇਹਦੇ ਵਾਸਤੇ ਨੱਕ ਮਿਲਿਆ ਸੀ ਸਾਨੂੰ, ਹੋਰ ਕਿਸੇ ਚੀਜ਼ ਵਾਸਤੇ ਨੱਕ ਨਹੀਂ ਸੀ। ਤਾਂ ਕਿ ਸਰੀਰ ਦੀ ਹਿਫਾਜ਼ਤ ਹੈ ਉਹਦੇ ਵਿੱਚ, ਉਹ ਚੀਜ਼ ਖਾ ਲਈਏ ਤਾਂ ਬਿਮਾਰ ਹੋ ਜਾਂਦਾ। ਉਹ ਸਰੀਰ ਦੀ ਸਮੈਲ ਨੇ ਤਲੇ ਨੇ ਦੱਸ ਦੇਣਾ, ਜਾਂ ਤਲੇ ਨੂੰ ਸਮੈਲ ਜਾਣੀ ਨਹੀਂ ਖਾਣੀ, ਖਾਣ ਦੇ ਕਾਬਲ ਨਹੀਂ ਹੈ। ਉੱਧਰ ਬੈਠਾ ਉਹ ਜਿਹਨੂੰ ਸਮੈਲ ਜਾਣੀ ਹੈ, ਉਹਨੇ ਕਹਿਣਾ ਨਹੀਂ ਖਾਣੀ ਨਹੀਂ। ਜੇ ਐਸੀ ਚੀਜ਼ ਕੋਈ ਖਾਧੀ ਜਾਵੇ ਅੰਦਰਲਾ ਐਕਸੈਪਟ ਨਾ ਕਰੇ, ਉਲਟੀ ਆ ਜਾਂਦੀ ਹੈ, ਆ ਜਾਂਦੀ ਹੈ ਨਾ ਉਲਟੀ। ਕੌਣ ਉਲਟੀ ਕਰਦਾ? ਕੌਣ ਕਰਦਾ ਉਲਟੀ? ਉੱਧਰ ਬੈਠਾ ਉਲਟੀ ਕਰਦਾ, ਕਹਿੰਦਾ ਐਕਸੈਪਟ ਨਹੀਂ ਹੈਗੀ, ਇਹਨੂੰ ਬਾਹਰ ਕੱਢੋ ਤਾਂ ਸਾਰਾ ਸਰੀਰ ਖਰਾਬ ਕਰ ਦੂਗੀ। ਜੇ ਰਲ ਗਿਆ ਖੂਨ ਦੇ ਵਿੱਚ ਬਿਮਾਰੀ ਪੈਦਾ ਹੋ ਜੂ, ਮਰ ਵੀ ਸਕਦਾ। ਇੰਨਾ ਹੀ ਕੰਮ ਸੀ ਲੋਕਾਂ ਦਾ, ਪਰ ਅਸੀਂ ਤਾਂ ਹੋਰ ਹੋਰ ਕੰਮ ਲੈਣ ਲੱਗੇ, ਕੁਝ ਹੋਰ ਆਪਣੇ। ਰਚਨਾ ਰਾਜ ਜਿਨ ਰਚੀ ਜਿਨ ਸਿਰਿਆ ਆਕਾਰ, ਰਚਨਾ ਰਾਜ ਇਵੇਂ ਟੇਸਟ ਹੈ ਮੂੰਹ ਦਾ, ਸਾਨੂੰ ਜ਼ਬਾਨ ਵੀ ਦੱਸ ਦਿੰਦੀ ਹੈ ਕਈ ਚੀਜ਼ਾਂ ਦਾ ਟੇਸਟ ਵੀ ਨਹੀਂ ਖਾਣੀ, ਖਾ ਲਾਂਗੇ ਨੁਕਸਾਨ ਹੋ ਜੂ। ਅਸੀਂ ਖਾਂਦੇ ਨਹੀਂ, ਮੂੰਹ 'ਚੋਂ ਵੀ ਥੁੱਕ ਦਿੰਦੇ ਹਾਂ, ਕੱਢਦੇ ਨੇ, ਖਾ ਕੇ ਦੇਖਦੇ ਹਾਂ ਥੁੱਕ ਲੈਂਦੇ ਹਾਂ ਨਹੀਂ। ਉਹ ਟੇਸਟ ਅੰਦਰਲਾ ਦੱਸਦਾ ਵੀ ਖਾਣੀ ਨਹੀਂ। ਇਹ ਕੰਮ ਵਾਸਤੇ ਰੇ ਸਾਰੇ ਇੰਦਰੇ ਗਿਆਨ ਇੰਦਰੇ, ਪਰ ਅਸੀਂ ਇਹਨੂੰ ਕੀ ਬਣਾ ਲਿਆ? ਅਸੀਂ ਸਵਾਦ ਦਾ ਵਾਸਤੇ ਬਣਾ ਲਿਆ ਜੀ,
ਇਹਦੇ ਵਾਸਤੇ ਨਹੀਂ ਸੀ, ਇਹਦੇ ਵਾਸਤੇ ਨਹੀਂ ਸੀ। ਸਤਸ੍ਰੀ ਅਕਾਲ, ਵੀ ਜਿਹੜੀ ਐਕਸੈਪਟੇਬਲ ਚੀਜ਼ ਹੈ ਉਹ ਤਾਂ ਖਾਈ ਜਾਣੀ ਹੈ, ਖਾ ਲੈਣੀ ਹੈ, ਉਹਦੇ ਟੇਸਟ ਤੋਂ ਬਗਰ ਨਹੀਂ ਜਾਣਾ। ਜਿਹੜੀ ਚੀਜ਼ ਸਾਡੇ ਅੰਦਰ ਫਿੱਟ ਨਹੀਂ ਆਉਣੀ ਉਹ ਖਾਣੀ ਨਹੀਂ, ਬਸ ਇੱਦਾਂ ਹੀ ਸੀ। ਪਰ ਬਹੁਤਾ ਧਿਆਨ ਰੱਖਣ ਲੱਗ ਗਿਆ ਸੀ, ਖਾਣ 'ਚ ਬਹੁਤਾ ਧਿਆਨ ਹੋ ਗਿਆ, ਦੇਖਣ 'ਚ ਬਹੁਤਾ ਧਿਆਨ ਹੋ ਗਿਆ, ਸੁਣਨ 'ਚ ਬਹੁਤਾ ਧਿਆਨ ਹੋ ਗਿਆ, ਸਮਝਣ ਵਿੱਚ ਧਿਆਨ ਵਾਸਤੇ ਜਗ੍ਹਾ ਹੀ ਨਹੀਂ ਮਿਲੀ, ਸਮਝਣ ਵਾਸਤੇ ਟਾਈਮ